ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ 16 ਸਾਬ ਬਾਣੀ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਸੋਰਾ ਸਾਹਿਬ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਇਸ ਬਾਣੀ ਬਾਰੇ ਤੁਹਾਡੇ ਨਾਲ ਵਿਚਾਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਅਸੀਂ ਜ਼ਰੂਰੀ ਸਮਝਦੇ ਹਾਂ ਜਿਵੇਂ ਆਪਾਂ ਜਪ ਬਾਣੀ ਦੀ ਜਦੋਂ ਵਿਚਾਰ ਆਰੰਭ ਕੀਤੀ ਸੀ ਤੇ ਜਪ ਬਾਣੀ ਦੀ ਭੂਮਿਕਾ ਵਿੱਚ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਤੇ ਉਸ ਤੋਂ ਬਾਅਦ ਆਪਾਂ ਜਪ ਬਾਣੀ ਦੇ ਅਖੀਰ ਵਿੱਚ ਵੀ ਸਾਰੀ ਬਾਣੀ ਦੇ ਵਿੱਚ ਕਿਵੇਂ-ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ ਅਸੀਂ ਆਪੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕਿਵੇਂ ਗੁਰੂ ਦੀ ਵਿਚਾਰ ਨੂੰ ਲਾਗੂ ਕਰਨਾ ਹੈ ਇਹ ਆਪਾਂ ਉਸ ਬਾਣੀ ਵਿੱਚੋਂ ਬੜੇ ਸੌਖੇ ਸ਼ਬਦਾਂ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਆਪਾਂ ਸੋਧਰ ਅਤੇ ਸੋਪੁਰਖ ਬਾਣੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਅੱਜ ਆਪਾਂ 16 ਸਬ ਬਾਣੀ ਦੀ ਵਿਚਾਰ ਜਿਹੜੀ ਹੈ ਤੁਹਾਡੇ ਨਾਲ ਆਰੰਭ ਕਰਨ ਜਾ ਰਹੇ ਹਾਂ 16 ਸਬ ਬਾਣੀ ਰਜਾਨਾ ਸਾਡੇ ਘਰਾਂ ਵਿੱਚ ਆਮ ਪੜ੍ਹੀ ਜਾਂਦੀ ਹੈ ਅਸੀਂ ਪਾਠ ਕਰਦੇ ਹਾਂ ਉਸੀ ਇੱਕ ਚੀਜ਼ ਹੋਰ ਨੋਟ ਕੀਤੀ ਹੁਣੀ ਹੈ ਕਿ ਇਹ ਬਾਣੀ ਦੇ ਬਾਰੇ ਇੱਕ ਨਾ ਸਾਡੀ ਜ਼ਿੰਦਗੀ ਵਿੱਚ ਆਮ ਪ੍ਰਚਲਿਤ ਹੈ ਕੀਰਤਨ ਸੋਲਾ ਵੈਸੇ ਬਾਣੀ ਦਾ ਨਾਮ ਸਿਰਫ ਸੋਲਾ ਤੁਸੀਂ ਆਪਣੇ ਘਰਾਂ ਵਿੱਚ ਜਿਨ੍ਹਾਂ ਦੇ ਪੁੱਤੀਆਂ ਪਈਆਂ ਨੇ ਜਾਂ ਜਿਨ੍ਹਾਂ ਘਰਾਂ ਵਿੱਚ ਮਹਾਰਾਜ ਦਾ ਸਰੂਪ ਹੈ ਤੁਸੀਂ ਕਦੀ ਚੈੱਕ ਕਰਕੇ ਵੇਖੋ ਤੇ ਸਿਰਫ ਸੋਲਾ ਸਾਹਿਬ ਸੋਲਾ ਬਾਣੀ ਦਾ ਨਾਮ ਹੈ ਅਸੀਂ ਸੋਲਾ ਤੋਂ ਜਦੋਂ ਅਸੀਂ ਬਾਤ ਪੜ੍ਹਦੇ ਹਾਂ ਸੋਲਾ ਸਾਹਿਬ ਅਸੀਂ ਸਤਿਕਾਰ ਨਾਲ ਜਿਵੇਂ ਜਪ ਬਾਣੀ ਦਾ ਨਾਮ ਹੈ ਪਰ ਜਦੋਂ ਅਸੀਂ ਤਾਂ ਕਹਿੰਦੇ ਜਪਜੀ ਸਾਹਿਬ ਉਹ ਇਹ ਨਾਂ ਸਾਡੇ ਵੱਲੋਂ ਬਣਾਇਆ ਗਿਆ ਹੈ ਅਸੀਂ ਆਮ ਆਪਣੀ ਭਾਸ਼ਾ ਵਿੱਚ ਇਹ ਸ਼ਬਦ ਜੋੜਦੇ ਨੇ ਪਰ ਵੈਸੇ ਬਣ ਦਾ ਨਾਮ ਜੱਪ ਹੈ ਜਿਵੇਂ ਬਣ ਦਾ ਨਾਮ ਸੋਦਾ ਰਹਿ ਬਣ ਦਾ ਨਾਮ ਸੋਪੁਰਖ ਹੈ ਇਦਾਂ ਬਣ ਦਾ ਨਾਮ ਸੋਲਾ ਬਣ ਦਾ ਨਾਮ ਹੈ ਤੋਂ ਇਹ ਸੋਲਾ ਦਾ ਅਰਥ ਅਸਲ ਚ ਹੈ ਸੁਹਾਗ ਦਾ ਗੀਤ ਖੁਸ਼ੀ ਦਾ ਗੀਤ ਜਿਵੇਂ ਜਦੋਂ ਲੜਕੀਆਂ ਦੇ ਆਨੰਦ ਕਾਰਜ ਹੁੰਦੇ ਸਨ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਸਨ ਤੇ ਖੁਸ਼ੀ ਦੇ ਸੁਹਾਗ ਦੇ ਗੀਤ ਆਮ ਹੀ ਗਾਈ ਜਾਂਦੇ ਸਨ ਖੁਸ਼ੀ ਦੇ ਗੀਤ ਘਰਾਂ ਵਿੱਚ ਗਾਏ ਜਾਂਦੇ ਸਨ ਤੋਂ ਇਹ ਸੋਲੇ ਦਾ ਅਰਥ ਹੈ ਖੁਸ਼ੀ ਦਾ ਗੀਤ ਤੋਂ ਇਹ ਜਿਹੜੀ ਬਾਣੀ ਹੈ ਆਮ ਅਸੀਂ ਆਪਣੇ ਘਰਾਂ ਵਿੱਚ ਰੋਜ਼ਾਨਾ ਪੜ੍ਹਦੇ ਆ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ ਕਿ ਇਹ ਜਦੋਂ ਮਹਾਰਾਜ ਦੇ ਸਰੂਪ ਦੀ ਸੇਵਾ ਕੀਤੀ ਜਾਂਦੀ ਹੈ ਉਦੋਂ ਇਸ ਬਾਣੀ ਦਾ ਪਾਠ ਜਦੋਂ ਗਰੰਥੀ ਸਿੰਘ ਨਾਲ-ਨਾਲ ਸਰੂਪ ਦੀ ਸੇਵਾ ਕਰਦਾ ਹੈ ਤੋਂ ਇਸ ਬਾਣੀ ਦਾ ਪਾਠ ਵੀ ਉਹ ਨਾਲ-ਨਾਲ ਕਰਦਾ ਹੈ ਤੋਂ ਅਸਲ ਵੀ ਜਦੋਂ ਅਸੀਂ ਪ੍ਰਾਰਥਨ ਸਮਾਂ ਵਿਖਦੇ ਹਾਂ ਸਬੰਧ ਸਾਡੇ ਨਾਲ ਜਦੋਂ ਅਸੀਂ ਪਰਾਤਨ ਸਮਾਂ ਵੇਖਦੇ ਹਾਂ ਪੁਰਾਣੇ ਸਮੇਂ 'ਚ ਟੀਵੀ ਨਹੀਂ ਸੀ ਹੁੰਦੇ ਰੇਡੀਓ ਨਹੀਂ ਹੁੰਦੇ ਬਿਲਕੁਲ ਇਹਨਾਂ ਸਾਧਨਾਂ ਦੀ ਕਮੀ ਸੀ ਜਦੋਂ ਪਿੰਡਾਂ ਵਿੱਚ ਗੁਰਦੁਆਰਿਆਂ 'ਚ ਜਦੋਂ ਸ਼ਾਮ ਨੂੰ ਸੋਦਰ ਦੀ ਬਾਣੀ ਦਾ ਪਾਠ ਗ੍ਰੰਥੀ ਸਿੰਘ ਕਰਦਾ ਸੀ ਜਦੋਂ ਸ਼ਾਮਾਂ ਨੂੰ ਸੰਗਤ ਦੀ ਹਾਜ਼ਰੀ ਵੀ ਹੁੰਦੀ ਕਿਉਂਕਿ ਤੁਸੀਂ ਵੇਖੋ ਉਦੋਂ ਗੁਰਦੁਆਰੇ ਸੰਗਤ ਵੀ ਅੱਜ ਦੇ ਸਮੇਂ ਨਾਲੋਂ ਵਧੇਰੇ ਜਾਂਦੀ ਸੀ ਅੱਜ ਕੱਲ ਤਾਂ ਸਾਧਨ ਨੇ ਬਹੁਤ ਸੰਗਤ ਘਰਾਂ ਵਿੱਚ ਸੁਣ ਲੈਂਦੀ ਹੈ ਜਾਂ ਸਮਾਗਮ ਇੰਟਰਨੈਟ ਦੇ ਉੱਤੇ ਔਨ ਕਰਕੇ ਬਾਅਦ ਵਿੱਚ ਵੀ ਸੰਗਤਾਂ ਉਹ ਸਮਾਗਮ ਸੁਣ ਲੈਂਦੀਆਂ ਹਨ ਪਰ ਪਹਿਲੀਆਂ ਸਮਿਆਂ 'ਚ ਐਸੇ ਪ੍ਰਬੰਧ ਨਹੀਂ ਸੀ ਹੁੰਦੇ ਸ਼ਾਮਾਂ ਨੂੰ ਗੁਰਦੁਆਰੇ ਜਾਣਾ ਸੰਗਤ ਨੇ ਬੈਠ ਕੇ ਪਾਣੀ ਨਾਲ ਮਿਲ ਕੇ ਆਪ ਪੜਨੀ ਵਿਚਾਰਾਂ ਦੀ ਸਾਂਝ ਕਰਨੀ ਸੋਦਰ ਦਾ ਪਾਠ ਹੋਣਾ ਉੱਥੇ ਫਿਰ ਜੇ ਚਾਰ ਸ੍ਰੀ ਇਕੱਠੇ ਹੋਣੇ ਜਦੋਂ ਸਰੂਪ ਦੀ ਸੇਵਾ ਕੀਤੀ ਜਾਣੀ ਤੇ ਗ੍ਰੰਥੀ ਸਿੰਘ ਨੇ ਨਾਨਕ ਨਾਲ ਸੋਲਾ ਸਾਹਿਬ ਦੇ ਪੰਜ ਸ਼ਬਦ ਜਿਹੜੇ ਉਹ ਵੀ ਗਾ ਕੇ ਕੀਰਤਨ ਦੇ ਰੂਪ ਵਿੱਚ ਪੜ ਦੇਣੇ ਤੇ ਇਹਦਾ ਹੌਲੀ-ਹੌਲੀ ਨਾਮ ਪੈ ਗਿਆ ਕੀਰਤਨ ਸੋਇਲਾ ਐਸੇ ਬਾਣੇ ਦਾ ਨਾਮ ਕੱਲਾ ਸੋਲਾ ਹੈ ਪਰ ਉਹ ਕੀਰਤਨ ਸੋਲਾ ਹੌਲੀ-ਹੌਲੀ ਨਾਮ ਪ੍ਰਚਲਿਤ ਹੋ ਗਿਆ ਤੋ ਕੁਦਰਤੀ ਗੱਲ ਹੈ ਟੀਵੀ ਇਦਾਂ ਦੇ ਸਾਧਨਾ ਨਾ ਹੋਣ ਕਰਕੇ ਜਦੋਂ ਸ਼ਾਮਾਂ ਨੂੰ ਗਰੰਤੀ ਸਿੰਘ ਨੇ ਸੋਲਾ ਸਾਹਿਬ ਦੀ ਬਾਣੀ ਦਾ ਪਾਠ ਮਹਾਰਾਜ ਦੇ ਸਰੂਪ ਦੇ ਨਾਲ ਕਰ ਦੇਣਾ ਤੇ ਉਦੋਂ ਇਹ ਮੰਨਿਆ ਜਾਂਦਾ ਸੀ ਵੀ ਇਹ ਬਾਣੀ ਅਸੀਂ ਹੁਣ ਆਪਣੇ ਲਈ ਪੜੀ ਸਾਡੇ ਲਈ ਜਾਂਦੀ ਸੀ ਹੌਲੀ ਹੌਲੀ ਉਹ ਮਹਾਰਾਜ ਦੇ ਸਰੂਪ ਨਾਲ ਪਾਠ ਜੁੜ ਗਿਆ ਭਾਵੇਂ ਤੁਸੀਂ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਅਕਾਲ ਤਖਤ ਤੋਂ ਲੋ ਪੰਥ ਪ੍ਰਵਾਨਤ ਹੈ ਤੁਸੀਂ ਉਹ ਲੈ ਕੇ ਪੜ ਲੈਣਾ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਮਹਾਰਾਜ ਦੇ ਸਰੂਪ ਦੀ ਸੇਵਾ ਕਰਨ ਵਕਤ ਇਹ ਸ਼ਾਮ ਨੂੰ ਤੁਸੀਂ ਬਾਣੀ ਉਹਦੇ ਨਾਲ ਪੜਨੀ ਇਹ ਬਾਣੀ ਸੀ ਸਾਡੇ ਨਾਲ ਸੰਬੰਧਤ ਵੀ ਅਸੀਂ ਰਾਤ ਨੂੰ ਤੋਂ ਕੁਦਰਤੀ ਗੱਲ ਸੀ ਜਦੋਂ ਗਰੰਤੀ ਸਿੰਘ ਨੇ ਇਹ ਕਹਿਣਾ ਵੀ ਹੁਣ ਸਾਰੇ ਚਾਰ ਸ੍ਰੀ ਇਕੱਠੇ ਹੋਏ ਨੇ ਤੇ ਆਓ ਆਪਾਂ ਨਾਲ ਨਾਲ ਜਿੱਥੇ ਮਹਾਰਾਜ ਦੇ ਸਰੂਪ ਦੀ ਸੇਵਾ ਕਰਨੀ ਹੈ ਉੱਥੇ ਨਾਲ ਨਾਲ ਆਪਾਂ ਇਹ ਸੋਲਾ ਸਾਹਿਬ ਦੀ ਬਾਣੀ ਦਾ ਪਾਠ ਵੀ ਕਰ ਲਈਏ ਤੋਂ ਖੈਰ ਹੌਲੀ ਹੌਲੀ ਇਹ ਗੱਲਾਂ ਹੌਲੀ ਹੌਲੀ ਪ੍ਰਚਲਿਤ ਹੋ ਗਈਆਂ ਤੋਂ ਇਹ ਪੜ੍ਹੀ ਵੀ ਜਾ ਰਹੀ ਹੈ ਦੇ ਵਿੱਚ ਹਰਜ ਵੀ ਕੋਈ ਨਹੀਂ ਪਰ ਨਾਲ ਸਿਰਫ ਸਾਡਾ ਫਰਜ਼ ਬੰਦ ਹੈ ਤੁਹਾਨੂੰ ਦੱਸਣ ਦਾ ਵੀ ਕੁਝ ਗੱਲਾਂ ਨੇ ਜਿਹੜੀਆਂ ਹੌਲੀ ਹੌਲੀ ਨਾਲ ਜੁੜ ਜਾਂਦੀਆਂ ਜਿਵੇਂ ਪਾਣੀ ਤਰੌਂਕਣਾ ਪਾਣੀ ਸਮੇਂ ਚ ਪ੍ਰਾਣੀ ਜਿਹੜਾ ਗੁਰੂ ਅੰਸਰ ਸਰੂਪ ਅੱਗੇ ਪਾਣੀ ਤਰੋਂਕਿਆ ਜਾਂਦਾ ਸੀ ਉਦੋਂ ਲੋੜ ਸੀ ਗਲੀਆਂ ਕੱਚੀਆਂ ਸਨ ਘੱਟਾ ਮਿੱਟੀ ਉੱਡਣਾ ਤੇ ਪਹਿਲਾਂ ਪਾਣੀ ਤਰੋਂਕ ਦੇਣਾ ਤੇ ਤੁਸੀਂ ਅੱਜ ਨੋਟ ਕੀਤਾ ਹੋਵੇਗਾ ਅੱਜ ਭਾਵੇਂ ਰਸਤੇ ਵੀ ਸਾਫ਼ ਹੋਣ ਤੇ ਇੱਕ ਜੱਗ ਪਾਣੀ ਦਾ ਇੱਕ ਗੜਵੀ ਪਾਣੀ ਦੀ ਕਈ ਵਾਰੀ ਅਸੀਂ 4-4 ਕਿਲੋਮੀਟਰ ਤੱਕ ਉਹ ਪਾਣੀ ਤਰੋਂਕ ਦੇ ਲੈ ਕੇ ਜਾਂਦੇ ਹਾਂ ਤੋਂ ਇਹਦਾ ਅਰਥ ਹੈ ਵੀ ਅਸੀਂ ਪਾਣੀ ਅੱਜ ਗਲੀ ਦੇ ਘਟੇ ਵਾਸਤੇ ਥੋੜਾ ਤਰੋਂਕ ਰਹੇ ਹਾਂ ਕਰਮकांड ਬਣ ਕੇ ਰਹਿ ਗਿਆ ਇਹ ਵੀ ਗੱਲਾਂ ਤੁਸੀਂ ਸਿੱਖ ਰਹਿਤ ਬ੍ਰਾਦਾ ਪੜ੍ਹ ਕੇ ਵੇਖੋ ਉੱਤੇ ਲਿਖਿਆ ਹੈ ਕਿਤੇ ਵੀ ਮਾਰਾ ਸਰੂਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣ ਵਕਤ ਇਦਾਂ ਦੇ ਕਰਮਕਾਂਡਾਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਤੋ ਖੈਰ ਅੱਜ ਆਪਾਂ ਗੱਲ 16 ਸਾਹਿਬ ਬਾਣੀ ਦੀ ਕਰ ਰਹੇ ਆਂ ਵੀ 16 ਬਾਣੀ ਆਮ ਸਾਡੇ ਘਰਾਂ ਵਿੱਚ ਪੜ੍ਹੀ ਜਾਂਦੀ ਹੈ ਤੋ ਇਹ ਹੌਲੀ-ਹੌਲੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਕਿੱਦਾਂ ਜੁੜ ਗਈ ਕਿਉਂਕਿ ਉਦੋਂ ਸਾਧਨ ਨਹੀਂ ਸੀ ਆਮ ਗੁਰਦੁਆਰੇ ਸੰਗਤ ਜਾਣੀ ਸ਼ਾਮਣ ਜਦੋਂ ਗਰੰਤੀ ਸਿੰਘ ਨੇ ਇਹ ਸੋਧਾਰ ਦੀ ਬਾਣੀ ਦਾ ਪਾਠ ਕਰਨਾ ਜਦੋਂ ਸਰੂਪ ਦੀ ਸੇਵਾ ਕਰਨੀ ਨਾਲ ਨਾਲ ਉਹਨੇ ਇਹ ਸ਼ਬਦਾਂ ਦਾ ਪਾਠ ਕਰ ਲੈਣਾ ਤੇ ਸੰਗਤ ਪਾਠ ਦੀ ਸਮਾਪਤੀ ਤੋਂ ਬਾਅਦ ਸਰੂਪ ਦੀ ਸੇਵਾ ਹੋਣ ਤੋਂ ਬਾਅਦ ਆਪਣੇ ਘਰਾਂ ਵਿੱਚ ਆ ਜਾਂਦੀ ਸੀ ਤੋਂ ਖੈਰ ਤੋਂ ਇਹ ਬਾਣੀ ਜਦੋਂ ਤੁਸੀਂ ਵੇਖਿਆ ਜਦੋਂ ਆਪਾਂ ਕਿਸੇ ਪ੍ਰਾਣੀ ਚੜਾਈ ਕਰ ਜਾਂਦਾ ਹੈ ਉਹਦੇ ਜਦੋਂ ਆਪਾਂ ਸੰਸਕਾਰ ਵਾਸਤੇ ਜਾਂਦੇ ਆ ਤੇ ਸਿੱਖ ਰਹਿਤ ਮਰਦਾ ਜੇ ਵੀ ਲਿਖਿਆ ਕਿ ਜਦੋਂ ਤੁਸੀਂ ਉਹਦਾ ਸੰਸਕਾਰ ਕਰਨਾ ਹੈ ਜਦੋਂ ਉਹਦੇ ਅੰਗੀਠੇ ਨੂੰ ਤੁਸੀਂ ਅਗ ਲਾ ਦੇਣੀ ਹੈ ਤੇ ਉਸ ਵਕਤ ਤੁਸੀਂ ਸਾਰੇ ਪਰਿਵਾਰ ਇਧਾਂ ਪਾਸੇ ਬੈਠ ਕੇ ਕੋਈ ਵੀ ਗਰੰਤੀ ਸਿੰਘ ਹੋਵੇ ਜਾਂ ਪਰਿਵਾਰ ਦੇ ਮੈਂਬਰ ਹੋਣ ਤੇ ਬੈਠ ਕੇ ਸੋਲਾ ਸਾਹਿਬ ਦਾ ਪਾਠ ਕਰਨ ਹੁਣ ਇਹ ਸੋਲਾ ਸਾਹਿਬ ਦਾ ਪਾਠ ਉਹ ਜਿਹੜਾ ਪ੍ਰਾਣੀ ਚੜਾਈ ਕਰ ਚੁੱਕਾ ਉਹਦੇ ਨਾਲ ਇਹਦਾ ਪਾਠ ਦਾ ਸਬੰਧ ਕੋਈ ਨਹੀਂ ਹੈ ਇਹਦਾ ਸਬੰਧ ਸਾਡੇ ਨਾਲ ਕਿਉਂਕਿ ਤੁਸੀਂ ਵੇਖੋ ਜਿਹੜੇ ਪੰਜੇ ਸ਼ਬਦ ਆਏ ਨੇ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਇਹਦੇ ਵਿੱਚ ਨੇ ਇੱਕ ਸ਼ਬਦ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਹੈ ਤੇ ਇੱਕ ਸ਼ਬਦ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਹੈ ਤੋ ਇਹ ਜਿਹੜੀ ਸੋਲਾ ਸਾਹਿਬ ਬਾਣੀ ਉੱਥੇ ਪੜੀ ਜਾ ਰਹੀ ਹੈ ਜਦੋਂ ਪ੍ਰਾਣੀ ਚੜਾਈ ਕਰ ਜਾਂਦਾ ਆਪਾਂ ਉਹਦੇ ਉਹਦੀ ਦੇਹ ਨੂੰ ਅਗਲ ਭੇਟ ਕਰਦੇ ਆਂ ਤੇ ਉਦੋਂ ਜਿਹੜਾ ਉੱਥੇ ਪਾਠ ਕੀਤਾ ਜਾਂਦਾ ਉਹਦਾ ਸਬੰਧ ਜਾ ਚੁੱਕੇ ਪ੍ਰਾਣੀ ਨਾਲ ਨਹੀਂ ਹੈ ਵੈਸੇ ਤੇ ਬਾਣੀ ਜਿੰਨੀ ਵੀ ਅਸੀਂ ਪੜਦੇ ਆਂ ਜਿੰਨਾ ਵੀ ਗੁਰਬਾਣੀ ਦਾ ਪਾਠ ਗਿਆਨ ਵਿਚਾਰ ਇਹਦਾ ਦੁਨੀਆ ਤੋਂ ਸਰੀਰ ਤਿਆਗਣ ਵਾਲੇ ਬੰਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਭਾਵੇਂ ਕਿ ਸਾਡੇ ਕਰਮਕਾਂਡੀ ਲੋਕ ਇਹ ਗੱਲਾਂ ਜੋੜ ਦਿੰਦੇ ਨੇ ਕਿ ਬਾਣੀ ਦਾ ਫਲ ਉਹਨੂੰ ਉੱਥੇ ਪਹਚਾਇਓ ਜਿਹੜੀ ਜੀਂਦੇ ਨਹੀਂ ਪੜੀ ਮਗਰੋਂ ਫਲ ਕਿੱਦਾਂ ਪਹੁੰਚੇਗਾ ਇਹ ਤਾਂ ਸਗੋਂ ਜਿਹੜੇ ਮਰਨ ਤੋਂ ਬਾਅਦ ਇਹ ਮੁਕਤੀ ਦੀਆਂ ਗੱਲਾਂ ਕਰਦੇ ਸੀ ਉਹਨਾਂ ਗੱਲਾਂ ਦਾ ਗੁਰਦੇਵ ਜੀ ਨੇ ਬਾਣੀ ਵਿੱਚ ਖੰਡਨ ਕੀਤਾ ਤਾਂ ਖੈਰ ਜਦੋਂ ਆਪਾਂ 16 ਸਬ ਦੀ ਬਾਣੀ ਦੀ ਤਰਤੀਬ ਪੜਦੇ ਆਂ ਤਰਤੀਬ ਨਾਲ ਤੁਸੀਂ ਪੰਜਾਂ ਸ਼ਬਦਾਂ ਦੀ ਵਿਚਾਰ ਕਰੋਗੇ ਆਪ ਆਓ ਹੁਣ ਆਪਾਂ ਬੜੇ ਪਿਆਰ ਨਾਲ ਕੱਲੇ-ਕੱਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਵੀ ਗੁਰਦੇਵ ਜੀ ਨੇ ਕਿੰਨੇ ਸੋਹਣੇ ਤਰੀਕੇ ਨਾਲ ਇਹ ਸਾਡੇ ਵਾਸਤੇ ਮੋਤੀ ਪ੍ਰੋਜੈਕਟ ਨੇ ਆਪਾਂ ਜਦੋਂ ਸਭ ਤੋਂ ਪਹਿਲਾ ਸ਼ਬਦ ਪੜ੍ਹਦੇ ਹਾਂ ਉੱਥੇ ਗੁਰਦੇਵ ਜੀ ਕਹਿੰਦੇ ਤੁਮ ਗਾਵੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਤੁਮ ਗਾਵੋ हे ਭਾਈ ਤੁਸੀਂ ਮੇਰੇ ਨਿਰਭਉ ਪ੍ਰਮਾਤਮਾ ਦਾ ਸੋਹਲਾ ਗਾਓ ਉਹਦੀ ਖੁਸ਼ੀ ਦਾ ਗੀਤ ਗਾਓ ਯਾਨੀ ਕਿ ਹਾਂ ਵਾਰੀ ਜਿੱਤ ਸੋਹਲੇ ਮੈਂ ਕੁਰਬਾਨ ਜਾਂਦਾ ਉਸ ਸੋਹਲੇ ਤੋਂ ਸਦਾ ਸੁਖ ਹੋਏ ਜਿਹਦੇ ਨਾਲ ਮੇਰੀ ਜ਼ਿੰਦਗੀ ਵਿੱਚ ਸਦਾ ਸੁਖ ਹੁੰਦਾ ਮੈਂ ਆਤਮਿਕ ਤੌਰ ਤੇ ਸਕੂਨ ਪ੍ਰਾਪਤ ਕਰਦਾ ਹੁਣ ਇਹ ਸੋਚੋ ਗਵਣਾ ਬਦਲੇ ਜਿਉਂਦੇ ਆ ਕਿ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਤੇ ਕੰਨ ਅੱਖ ਸਰੀਰ ਦੇ ਸਾਰੇ ਅੰਗ ਪਏ ਹੋਏ ਨੇ ਅੱਜ ਬੰਦਾ ਗਾ ਸਕਦਾ ਉਹਨੂੰ ਅੱਜ ਕੀ ਸੁੱਖ ਮਿਲਣਾ ਹੈ ਜਿਹੜੇ ਬੰਦੇ ਨੂੰ ਗਰਮੀ ਲੱਗਦੀ ਹੈ ਕਦੀ ਸਰਦੀ ਲੱਗਦੀ ਹੈ ਉਹਨੂੰ 2 ਦਿਨ ਰੱਖਣਾ ਹੋਵੇ ਤੇ ਕਈ ਵਾਰੀ ਅੱਜ ਕੱਲ ਤੇ ਕੈਂਡੀਆਂ ਨੇ ਪਹਿਲਾਂ ਬਰਫ਼ ਦੀ ਸਿੱਲੀ ਹੁੰਦੀ ਸੀ ਉਹਦੇ ਵਿੱਚ ਲਿਆ ਕੇ ਡੱਡ ਬੋਡੀ ਨੂੰ ਲਾ ਦੇਣਾ ਅੱਜ ਕੱਲ ਤੇ ਕੈਂਡੀਆਂ ਪਿੰਡਾਂ ਵਿੱਚ ਆ ਗਈਆਂ ਨੇ ਸ਼ਹਿਰਾਂ ਵਿੱਚ ਵੀ ਇਹਦਾ ਪ੍ਰਬੰਧ ਆਮ ਹੀ ਕੀਤਾ ਗਿਆ ਹੈ ਕੋਈ ਰਿਸ਼ਤੇਦਾਰ ਦੂਰੋਂ ਆਉਣਾ ਹੋਵੇ ਤੇ ਕਈ ਵਾਰੀ ਇਦਾਂ ਤੇ ਪ੍ਰਬੰਧ ਕਰਨੇ ਪੈਂਦੇ ਨੇ ਉਹ ਸਰੀਰ ਦੇ ਅੰਗ ਸਾਰੇ ਹੁਣ ਕਰਕੇ ਕੋਈ ਵੀ ਅੰਗ ਕੰਮ ਨਹੀਂ ਕਰ ਰਿਹਾ ਕੰਨ ਸੁਣ ਨਹੀਂ ਰਿਹਾ ਜ਼ੁਬਾਨ ਬੋਲ ਨਹੀਂ ਰਹੀ ਪੈਰ ਤੁਰ ਨਹੀਂ ਰਿਹਾ ਤੋ ਫਿਰ ਸੁਣਨਾ ਕਿਹਨੇ ਹੁਣ ਇੱਥੇ ਲਿਖਿਆ ਤੂੰ ਮਗਾ ਉਹ ਮੇਰੇ ਨਿਰਭਉ ਕਸੋਇਲਾ ਇੱਥੇ ਗੱਲ ਬੰਦੇ ਦੀ ਹੋ ਰਹੀ ਹੈ ਭਾਈ ਇਹ ਦੁਨੀਆ ਦੇ ਲੋਕੋ ਆਹ ਦੁਨੀਆ ਤੋਂ ਜਾਣ ਵਾਲਾ ਬੰਦਾ ਜਿਹੜਾ ਹੈ ਵੇਖੋ ਹੁਣ ਵੇਖੋ ਆਮ ਸਾਡੇ ਸਮਾਜ ਵਿੱਚ ਜਦੋਂ ਕੋਈ ਬੰਦਾ ਚੜ੍ਹਾਈ ਕਰਦਾ ਓਦੋਂ ਕਹਿੰਦੇ ਵਰਾਗ ਮਈ ਸ਼ਬਦ ਪੜੋ ਜਦੋਂ ਕਿਸੇ ਦੇ ਘਰ ਕੋ ਖੁਸ਼ੀ ਦਾ ਫੰਕਸ਼ਨ ਹੈ ਕਹਣਗੇ ਖੁਸ਼ੀ ਵਾਲੇ ਸ਼ਬਦ ਪੜੋ ਲਾ ਖੁਸ਼ੀਆਂ ਪਾਤਸ਼ਾਹੀਆਂ ਜੋ ਸਤਗੁਰ ਨਦਰ ਕਰੇ ਕੀਤਾ ਲੋੜੀਏ ਕਾਮ ਸਵਾਰ ਪਿਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖ ਅਸੀਂ ਬਾਣੀ ਵੀ ਆਪਣੇ ਹਿਸਾਬ ਨਾਲ ਵੰਡ ਲਈ ਨਵੇਂ ਗੁਰੂ ਨਵੇਂ ਪਾਸ਼ਾ ਦੀ ਬਾਣੀ ਆਮ ਆਮ ਹੀ ਸਾਡੇ ਜਿਹੜੇ ਪਿੰਡਾਂ ਵਿੱਚ ਕਹਿ ਦਿੰਦੇ ਨੇ ਇਹ ਵਰਾਗਮਈ ਸ਼ਬਦ ਹੈ ਉਹ ਭਲੇ ਉਹ ਬਾਣੀ ਸਾਰੀ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਗੁਰਦੇਵ ਨੇ ਬਾਣੀ ਲਿਖਣ ਵਕਤ ਇਹ ਨਹੀਂ ਸੀ ਆਖਿਆ ਆ ਖੁਸ਼ੀ ਦੇ ਗੀਤ ਨੇ ਆ ਗਮੀ ਦੇ ਗੀਤ ਨੇ ਆ ਖੁਸ਼ੀ ਵਾਲੇ ਹੁਣ ਤੁਸੀਂ ਮੰਨ ਲਓ ਕਿਸੇ ਦੇ ਘਰ pranani ਚੜਾਈ ਕੀਤਾ ਹੋਵੇ ਤੁਸੀਂ ਆਹ ਸ਼ਬਦ ਪੜ੍ਹਦੇ ਹੋ ਉੱਥੇ ਲੱਖ ਖੁਸ਼ੀਆਂ ਪਾਤਸ਼ੀਆਂ ਅਗਲੇ ਪੇਟ ਸੇ ਆਪਾਂ ਪਾ ਕੇ ਬੈਠ ਜਾਣਾ ਵੀ ਸਾਡੇ ਘਰ ਮੌਤ ਹੋਈ ਹੈ ਤੁਸੀਂ ਇਹ ਸ਼ਬਦ ਕੋ ਪੜਿਆ ਪਰ ਜੀ ਉਹਨਾਂ ਨੂੰ ਇਹ ਪੁੱਛੇ ਜਦੋਂ ਤੁਹਾਡੇ ਘਰ ਪਾਠ ਰੱਖਿਆ ਸੀ ਇਹ ਸ਼ਬਦ ਉਦੋਂ ਬਾਣੀ ਦੇ ਪਾਠ ਵਿੱਚ ਕੀਤਾ ਗਿਆ ਨਾ ਜਵਾਨ ਪੁੱਤ ਦੀ ਡੈਥ ਹੋਈ ਹੋਵੇ ਪਾਠ ਰਖਾਇਆ ਹੋਵੇ ਘਰ ਜ ਲਾਵਾਂ ਦਾ ਪਾਠ ਨਹੀਂ ਆਉਂਦਾ 773 ਅੰਕ ਤੇ ਲਾਵਾਂ ਦਾ ਪਾਠ ਤੁਸੀਂ ਉਸ ਟਾਈਮ ਬਾਹਰ ਕਰ ਦਿੰਦੇ ਹੋ ਘਰ ਦੇ ਵਿੱਚ ਖੁਸ਼ੀ ਦਾ ਸਮਾਗਮ ਹੋਵੇ ਪੁੱਤਰ ਦਾ ਆਨੰਦ ਕਰਜੋ ਤਾਂ ਵੀ ਪਾਠ ਕਰਾਇਆ ਜਾਂਦਾ ਉਦੋਂ ਇਹ ਸ਼ਬਦ ਨਹੀਂ ਆਉਂਦੇ ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੇ ਤੀ ਰੇ ਕੋ ਬੰਦਾ ਚੱਲਿਆ ਚਾਹ ਜਾਣੇ ਆ ਦੇ ਇਹ ਸ਼ਬਦ ਉਹ ਤੋਂ ਆਪਾਂ ਬਾਹਰ ਕੱਢ ਦਿੰਦੇ ਆ ਬਾਣੀ ਤੇ ਫਿਰ ਵੀ ਸਾਡੇ ਘਰ ਜੇ ਗਰਮ ਰਾਗੀ ਸਿੰਘ ਨੇ ਜਾਂ ਕਿਸੇ ਕੀਰਤਨੇ ਸਿੰਘ ਨੇ ਹਰਮونی ਦੇ ਨਾਲ ਗਾ ਕੇ ਸਾਜ਼ਾਂ ਨਾਲ ਪੜ੍ਹਤਾ ਤੇ ਗੁੱਸਾ ਕਰਨਾ ਸੀ ਪਾਠ ਦੇ ਵਿੱਚ ਉਹ ਪਾਠ ਸ਼ਬਦ ਪੜਿਆ ਗਿਆ ਉਦੋਂ ਕੋਈ ਪ੍ਰੋਬਲਮ ਨਹੀਂ ਉਹ ਇਹ ਵਹਿਮ ਨੇ ਇਦਾਂ ਦੇ ਸਾਡੇ ਦਿਮਾਗ ਵਿੱਚ ਵਹਿਮ ਖੜੇ ਕੀਤੇ ਗਏ ਨੇ। ਤੋ ਇਹ ਵਹਿਮ ਕਿਉਂ ਨੇ ਕਿ ਅਸੀਂ ਬਾਣੀ ਦੀ ਵਿਚਾਰ ਸਮਝੀ ਨਹੀਂ ਹੈ। ਸਾਨੂੰ ਗੁਰਬਾਣੀ ਬਾਰੇ ਪਤਾ ਹੀ ਨਹੀਂ ਹੈ। ਹੁਣ ਇਥੇ ਗੁਰਦੇਵ ਜੀ ਕਹਿੰਦੇ ਨੇ ਤੂੰ ਗਾਉ ਮੇਰੇ ਨਿਰਭਉ ਕਾ ਸੋਇਲਾ ਹਾਂ ਵਾਰੀ ਜਿਤ ਸੋਇਲਾ ਸਦਾ ਸੁਖ ਹੋਏ। ਮੈਂ ਉਸ ਸੋਇਲੇ ਤੋਂ ਮੈਂ ਉਸ ਖੁਸ਼ੀ ਦੇ ਗੀਤੋਂ ਕੁਰਬਾਨ ਜਾਂਨਾ ਜਿੰਨੂੰ ਸੁਣਨ ਕਰਕੇ ਮੇਰੇ ਅੰਦਰ ਨੂੰ ਸਦਾ ਸਕੂਨ ਮਿਲਦਾ ਹੈ। ਇਹ ਪਹਿਲੇ ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਬਾਬਾ ਜੈਂ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਂ ਜੈਂ ਘਰ ਜਿਸ ਹਿੰਦੇ ਰੂਪੀ ਘਰ ਵਿੱਚ ਸਿਰਸਲਾ ਕੀਤੀ ਜਾਂਦੀ ਉਹਦੀ ਕਰਤੇ ਦੀ ਵਡਿਆਈ ਹੁੰਦੀ ਹੈ ਸੋ ਘਰ ਤੂੰ ਵੀ ਉਹਦਾ ਆਪਣਾ ਘਰ ਸੰਭ ਵਡਾਈ ਤੋਂ ਇਹਦੇ ਵਿੱਚ ਤੇਰੀ ਵਡਿਆਈ ਹੈ ਇਹਦੇ ਵਿੱਚ ਤੇਰੀ ਭਲਾਈ ਹੈ ਵਡਾਈ ਤੋਂ ਇਹਦਾ ਅਰਥ ਹੈ ਇਹਦੇ ਵਿੱਚ ਹੀ ਤੇਰਾ ਫਾਇਦਾ ਹੈ ਹੁਣ ਦੱਸੋ ਇਹ ਮੁਰਦੇ ਨੂੰ ਕਹਿ ਰਹੇ ਨੇ ਮਹਾਰਾਜ ਜਿਹੜਾ ਸੰਸਕਾਰ ਲਈ ਆਪਾਂ ਇਕੱਠੇ ਹੋਏ ਇਹ ਗੱਲ ਉਹਨੂੰ ਕਹੀ ਜਾ ਰਹੀ ਹੈ ਪਹਿਲਾਂ ਇਹ ਗੱਲ ਉਹਨਾਂ ਨੂੰ ਕਹੀ ਜਾ ਰਹੀ ਹੈ ਜਿਹੜੇ ਦੇਹ ਨੂੰ ਲਾਂਬੂ ਲਾਉਣ ਆਏ ਨੇ ਜਿਹੜੇ ਉਹਦੇ ਪਿੱਛੇ ਆਏ ਨੇ ਭਾਈ ਆਹ ਵੇਖ ਲਓ ਆਪਣੀ ਜ਼ਿੰਦਗੀ ਨੂੰ ਸਵਾਰ ਲਓ ਅਜੇ ਵੀ ਤੁਹਾਡੇ ਕੋਲ ਮੌਕਾ ਹੈ ਸਮਾਂ ਹੈ ਮੈਂ ਤਾਂ ਵੈਸੇ ਮੈਂ ਤਾਂ ਆਪਣੀ ਜ਼ਿੰਦਗੀ 'ਚ ਕਈ ਵਾਰੀ ਨੋਟ ਕਰਦਣਾ ਵੀ ਜਦੋਂ ਵੀ ਕਿਸੇ ਤੁਹਾਨੂੰ ਸ਼ਮਸ਼ਾਨ ਭੂਮੀ 'ਚ ਕਿਸੇ ਬੰਦੇ ਦੇ ਪਿੱਛੇ ਜਾਣਾ ਪਵੇ ਕਿਸੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਦੇ ਉੱਥੋਂ ਇੱਕ ਮੈਸੇਜ ਮਿਲਦਾ ਹੈ ਸਾਨੂੰ ਸੁਨੇਹਾ ਪਤਾ ਕਿਹੜਾ ਵੀ ਜੇ ਮੈਂ ਨਹੀਂ ਰਿਹਾ ਰਹਿਣਾ ਤੁਸੀਂ ਵੀ ਨਹੀਂ ਜੀ ਤਿਆਰੀ ਕਰ ਲਓ ਅੱਜ ਤੋਂ ਚੰਗੇ ਕੰਮ ਕਰਨੇ ਸ਼ੁਰੂ ਕਰ ਦੋ। ਹੁਣ ਇੱਥੇ ਗੁਰਦੇਵ ਜੀ ਕੀ ਕਹਿੰਦੇ ਨੇ, "ਬਾਬਾ ਜੈ ਘਰ ਜਿਸ ਹਿਰਦੇ ਰੂਪੀ ਘਰ ਵਿੱਚ ਕਰਤੇ ਕੀਰਤ ਹੋਏ, ਕਰਤੇ ਦੀ ਕੀਰਤੀ ਹੁੰਦੀ ਸੋ ਘਰ, ਉਹ ਘਰ।" ਐਦਾਂ ਤੂੰ ਵੀ ਆਪਣਾ ਘਰ ਬਚਾਲਾ ਆਪਣੇ ਹਿਰਦੇ ਨੂੰ ਸੰਭਾਲ ਲਾ। ਤੂੰ ਵੀ ਐਦਾਂ ਆਪਣੇ ਅੰਦਰ ਉਹ ਸੱਚ ਦੀ ਵਿਚਾਰ ਲਿਆ। ਸੋ ਘਰ ਰਾਖ ਵਡਾਈ ਤੋਏ, ਇਸ ਕਰਕੇ ਤੂੰ ਵੀ ਉਸੇ ਤਰ੍ਹਾਂ ਆਪਣੇ ਹਿਰਦੇ ਰੂਪੀ ਘਰ ਦੀ ਸੰਭਾਲ ਕਰ, ਇਹਦੇ ਵਿੱਚ ਹੀ ਤੇਰੀ ਵਡਿਆਈ ਏ, ਇਹਦੇ ਵਿੱਚ ਹੀ ਤੇਰਾ ਫੇਦਾ ਫਿਰ ਅੱਗੇ ਕਹਿੰਦੇ ਕੈਸੀ ਆਰਤੀ ਹੋਏ ਇਹ ਸ਼ਬਦ ਦਾ ਇਹ ਤੀਸਰਾ ਸ਼ਬਦ ਹੈ ਤੀਸਰੇ ਸ਼ਬਦ ਦਾ ਹਾਉ ਵਾਲਾ ਬੰਦ ਕੈਸੀ ਆਰਤੀ ਹੋਏ ਭਾਵ ਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਦੀ ਹੁਣ ਕੈਸੀ ਆਰਤੀ ਹੋਏ ਕਿਦਾਂ ਦੀ ਤੇਰੀ ਆਰਤੀ ਹੋ ਰਹੀ ਆਪਣੇਆਂ ਵਿਚ ਹੋ ਰਹੀ ਹੈ ਹਵਾ ਚੌਰ ਕਰੀ ਜਾਂਦੀ ਹੈ ਮਲਿਆਲਾ ਪਹਾੜਤ ਵੱਲੋਂ ਸੁਗੰਧੀਆਂ ਆਈ ਜਾਂਦੀਆਂ ਨੇ ਹਵਾ ਚੌਰ ਕਰੀ ਜਾ ਰਹੀ ਹੈ ਕੈਸੀ ਆਰਤੀ ਹੋ ਕਿਦਾਂ ਦੀ ਤੇਰੀ ਆਰਤੀ ਹੁਣ ਇਹ ਮੁਰਦੇ ਨੂੰ ਕਹਿ ਰਹੇ ਨੇ ਜਿਉਂ ਦੇ ਜਿਉਂ ਦੇ ਬੰਦੇ ਵਾਸਤੇ ਬੰਦੇ ਆ ਹੋ ਰਹੀ ਆਰਤੀ ਵਿੱਚ ਸ਼ਾਮਲ ਹੋ ਜਾ ਹੋ ਰਹੀ ਆਰਤੀ ਵਿੱਚ ਸ਼ਾਮਲ ਹੋ ਜਾ ਇੱਕ ਇੱਕ ਸ਼ਬਦ ਇੱਕ ਇੱਕ ਜਿਹੜੀ ਵਿਚਾਰ ਹੈ ਉਹ ਸਾਡੇ ਜਿਉਂਦੇ ਦੀ ਸਾਡੇ ਵਾਸਤੇ ਤੇ ਪਾਸ਼ਾਫਰੀਦਾਂ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਆਮ ਸਾਡਾ ਪਾਪ ਤੇ ਪੁੰਨ ਦੀ ਆਪਾਂ ਗੱਲ ਕਰਦੇ ਕਹਿੰਦੇ ਇੱਥੇ ਸਭ ਤੋਂ ਵੱਡਾ ਪੁੰਨ ਪਤਾ ਕਿਹੜਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਆਪਣੇ ਗੁਰੂ ਅੱਗੇ ਡੰਡਾਉਤ ਕਰ ਆਪਣੇ ਗੁਰੂ ਅੱਗੇ ਝੂਲੀ ਅੱਡ ਆਪਣੇ ਗੁਰੂ ਕੋਲੋਂ ਸਿੱਖਿਆ ਲੈ ਇਹ ਸਭ ਤੋਂ ਵੱਡਾ ਪੁੰਨ ਹੈ ਜ਼ਿੰਦਗੀ ਦਾ ਕਰ ਡੰਡਾਉਤ ਪੁੰਨ ਵੱਡਾ ਹੈ ਆਪਣੇ ਗੁਰੂ ਅੱਗੇ ਡੰਡਾਉਤ ਕਰਨੀ ਸਭ ਤੋਂ ਵੱਡਾ ਜ਼ਿੰਦਗੀ ਦਾ ਪੁੰਨ ਹੁਣ ਦੱਸੋ ਡੰਡਾਉਤ ਜਿਉਂਦੇ ਨੇ ਕਰਨੀ ਹੈ ਕਿ ਮੁਰਦੇ ਨੇ ਜਿਹੜੀ ਨਮਸਕਾਰ ਹੈ ਉਹ ਜਿਉਂਦੇ ਕਰਨੀ ਕਿ ਮੁਰਦੇ ਨੇ ਅਕਈ ਪਰ ਕਈ ਮੁਰਦਿਆਂ ਨੂੰ ਵੀ ਮੱਥਾ ਟਿਕਾਉਣ ਗੁਰਦੁਆਰਿਆਂ ਜਾ ਕੇ ਜਾਂਦੇ ਨੇ ਸਾਨੂੰ ਅੱਜ ਵੀ ਯਾਦ ਹੈ ਇੱਕ ਵਾਰ ਅਸੀਂ ਰਾਜਸਥਾਨ ਵਿੱਚ ਸਮਾਗਮ ਕਰਨ ਗਿਆ ਸੀ ਤੇ ਦਿਨ ਦਾ ਸਮਾਗਮ ਸਿੱਖੀ ਲਹਿਰ ਦੀ ਸਾਰੀ ਟੀਮ ਅਸੀਂ ਉੱਥੇ ਗਏ ਦਿਨ ਦਾ ਗੁਰਮੁਖ ਸਮਾਗਮ ਸੀ ਉਹ ਗਰੰਤੀ ਸਿੰਘ ਸਾਨੂੰ ਕਹਿਣ ਲੱਗ ਪਏ ਭਾਈ ਸਾਹਿਬ ਜੀ ਥੋੜਾ ਜਿਹਾ ਨਾ ਆਪਾਂ ਸਮਾਗਮ ਲੇਟ ਕਰ ਲਈਏ ਕਿ ਸੰਗਤ ਥੋੜੀ ਲੇਟ ਆਉਣੀ ਹੈ ਸੀਗਾ ਠੀਕ ਆ ਅਸੀਂ ਕਿਸੇ ਦੇ ਇੰਦਾ ਪਾਸੇ ਪਰਿਵਾਰ ਦੇ ਕੋਲ ਬੈਠੇ ਜਲਪਾਣੀ ਛਕ ਰਿਆ ਸੀ ਥੋੜਾ ਅਸੀਂ ਜਦੋਂ ਸਾਰਾ ਸਮਾਗਮ ਜਿਹੜਾ ਸੀ ਉਹ ਸ਼ੁਰੂ ਹੋਣਾ ਸੀ ਅਸੀਂ ਗੁਰਦਵਾਰੇ ਨੂੰ ਜਾ ਰਹੇ ਸੀ ਤੇ ਗੇਟ ਅੱਗੇ ਕਾਫੀ ਰਸ਼ ਸਾਡੇ ਸਿੰਘ ਆਪ ਸੋਚ ਅਸੀਂ ਗੱਲਾਂ ਕਰੀਏ ਕਿ ਭੀ ਤੁਸੀਂ ਕਿਹਦੇ ਸੰਗਤ ਨਹੀਂ ਹੋਣੇ ਸੰਗਤਾਂ ਤੇ ਵੇਖੋ ਕਿੰਨਾ ਰਸ ਹੈ ਸੰਗਤ ਤੇ ਜਾ ਰਹੀ ਹੈ ਗੁਰਦਾਰੇ ਨੂੰ ਉਹ ਗਰੰਤ ਸਿੰਘ ਹੱਸ ਕੇ ਕਹਿੰਦੇ ਨਹੀਂ ਭਾਈ ਸਾਹਿਬ ਜੀ ਇਹ ਅਸਲ ਚ ਨਾ ਪਿੰਡ ਚ ਇੱਕ ਬੰਦੇ ਦੀ ਡੈਥ ਹੋਈ ਹੈ ਉਹਦੀ ਡੈੱਡ ਬੋਡੀ ਨੂੰ ਮੱਥਾ ਟਿਕਾਉਣ ਆਏ ਗੁਰਦਾਰੇ ਰਾਜਸਥਾਨ ਦੀ ਗੱਲ ਹੁਣ ਤੁਸੀਂ ਆਪ ਸੋਚ ਕੇ ਵੇਖੋ ਉਹ ਗਰੰਤ ਸਿੰਘ ਆਪ ਹੀ ਹੱਸ ਕੇ ਕਹਿਣ ਲੱਗ ਪਏ ਕਹਿੰਦੇ ਵੀ ਜਿੰਨੇ ਸਾਲ ਮੈਨੂੰ ਇਸ ਪਿੰਡ ਵਿੱਚ ਆਏ ਨੂੰ ਹੋ ਗਏ ਨੇ ਮੈਂ ਇਸ ਬੰਦੇ ਨੂੰ ਜਿਉਂਦੇ ਗੁਰਦਾਰੇ ਆਉਂਦੇ ਨਹੀਂ ਵੇਖਿਆ ਪਰ ਅੱਜ ਵੇਖੋ ਪਰਿਵਾਰ ਦੀ ਜਿੱਦ ਕਿ ਡੈੱਡ ਬੋਡੀ ਨੂੰ ਗੁਰਦੁਆਰੇ ਲੈ ਕੇ ਆ ਰਹੇ ਨੇ ਅੱਛਾ ਹੁਣ ਦੱਸਿਓ ਜਿਉਂਦੇ ਬੰਦੇ ਨੇ ਝੁਕਣਾ ਕਿ ਮੁਰਦੇ ਨੂੰ ਝੁਕਣਾ ਮੁਰਦੇ ਨੂੰ ਅਸੀਂ ਝੁਕਾਰਿਆ ਧੱਕੇ ਨਾਲ ਮੁਰਦੇ ਨੂੰ ਲੈ ਕੇ ਜਾ ਰਹੇ ਅਸੀਂ ਗੁਰਦੁਆਰੇ ਤੇ ਬਾਣਿਆਂ ਦੀ ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਮਨ ਫਲ ਪਾਵੇ ਜੇ ਮ੍ਰਿਤਕ ਕੋ ਵਿਸ਼ਟਾ ਮਹਿ ਰਲਾਈ ਤਾਂ ਮ੍ਰਿਤਕ ਆ ਗਿਆ ਘਟ ਜਾਈ ਜੇ ਤੁਸੀਂ ਮੁਰਦੇ ਦੇ ਉੱਤੇ ਚੰਦਨ ਦਾ ਲੇਪ ਕਰ ਦਿਓਗੇ ਇਹਦੇ ਨਾਲ ਮੁਰਦੇ ਦਾ ਫਾਇਦਾ ਕੋਈ ਨਹੀਂ ਜੇ ਤੁਸੀਂ ਮੁਰਦੇ ਨੂੰ ਵਿਸਟਾਜ ਲੜਾ ਦਿਓਗੇ ਇਹਦੇ ਨਾਲ ਉਹਦਾ અપਮਾਨ ਕਾਦਾ ਹੋਣਾ ਉਹ ਤੇ ਸਾਨੂੰ ਹੁੰਦਾ ਵੀ ਸਾਡਾ ਪਾਪਾ ਜੀ ਹੈ ਸਾਡਾ ਭਰਾ ਹੈ ਸਾਡੇ ਰਿਸ਼ਤੇਦਾਰ ਨੇ ਸਾਡੀ ਮੰਮੀ ਹੈ ਸਾਡਾ ਪਰਿਵਾਰ ਦਾ ਕੋ ਮੈਂਬਰ ਹੈ ਸੋ ਉਹ ਤੇ ਸਾਨੂੰ ਲੱਗਦਾ ਜਿੰਦੇ ਜੀ ਭਵੇਂ ਅਸੀਂ ਉਹਨਾਂ ਰਿਸ਼ਤਿਆਂ ਦੀ ਕਦਰ ਨਾ ਕਰੀਏ ਪਰ ਮਰਨ ਤੋਂ ਬਾਅਦ ਅਸੀਂ ਆਂਚ ਨਹੀਂ ਆਉਣ ਦਿੰਦੇ ਐ ਫੁੱਲ ਫੁੱਲ ਐ ਸੋਹਣਾ ਲਿਆ ਕੇ ਖਫਣ ਪਾਵਾਂਗੇ ਕਈ ਤਾਂ ਭਕਾਣੇ ਤੱਕ ਬੰਦੇ ਫੁੱਲਾਂ ਦੀ ਵਰਖਾ ਕਰਦੇ ਕੋ ਵੱਡਾ ਚੜ੍ਹਾਈ ਕਰੇ ਤਾਂ ਜਿਉਂਦੇ ਭਾਵੇਂ ਉਹਨੂੰ ਬੁਲਾਇਆ ਤੱਕ ਨਾ ਹੋਵੇ ਅੱਛਾ ਮੁਰਦੇ ਨੂੰ ਲਵਾਉਂਦੇ ਗਾਂ ਹੋ ਕੇ ਜਿਉਂਦੇ ਜਦੋਂ ਲੋੜ ਆ ਵੀ ਉਹਦਾ ਕੋਈ ਇਨਾਨ ਕਰਾ ਦੇ ਉਹਦਾ ਉਹਨੂੰ ਕੋਈ ਪ੍ਰੋਬਲਮ ਆ ਉਦੋਂ ਨਹੀਂ ਹੱਥ ਲਾਉਣਾ ਲੱਗ ਜਾ ਕੇ ਜਦੋਂ ਡੈਥ ਹੋ ਗਈ ਫੇ ਭੱਜ ਭੱਜ ਕੇ ਜਾਣਾ ਉਦੋਂ ਤਾਂ ਕਹਣਾ ਮੇਰਾ ਹੱਥ ਲੱਗ ਲੈ ਆਂ ਕੁੜੀ ਦਾ ਹੱਥ ਲਾ ਆ ਲੜਕੀ ਦਾ ਹੱਥ ਲੱਗ ਲੈ ਲੈਂਦੇ ਇੱਕ ਵਾਰੀ ਬੀਬੀ ਜੀ ਨੂੰ ਸਾਸਰ ਨੂੰ ਇੱਕ ਵਾਰ ਨੋ ਦਾ ਹੱਥ ਲੱਗ ਲੈ ਲੈਂਦੇ ਹੁਣ ਹੱਥ ਲਾ ਕੇ ਕੀ ਕਰਾਂ ਹੁਣ ਤੇ ਮਿੱਟੀ ਐ ਵੀ ਔਰ ਸਾਡੀਆਂ ਜਿਹੜੀਆਂ ਭਾਵਨਾਵਾਂ ਇਦਾਂ ਜੁੜੀਆਂ ਹੁੰਦੀਆਂ ਸੀ ਉਸ ਵਕਤ ਇਹ ਲੋਕਾਂ ਨੂੰ ਖੋਣੇ ਵੀ ਜਿੰਨਾ ਦੁੱਖ ਤਕਲੀਫ ਮੈਨੂੰ ਆ ਕਿਸੇ ਹੋਰ ਨੂੰ ਹੈ ਹੀ ਨਹੀਂ ਉਹ ਤਾਂ ਖੈਰ ਇਹ ਜਿਹੜੇ ਸ਼ਬਦ ਨੇ ਸਾਡੇ ਵਾਸਤੇ ਹੈ ਇੱਥੇ ਹੁਣ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ ਆਪਣੇ ਗੁਰੂ ਅੱਗੇ ਡੰਡੌਤ ਕਰਨੀ ਡੰਡੌਤ ਦਾ ਅਰਥ ਕੀ ਹੈ ਸਿੱਧਕ ਕਰ ਸਜਦਾ ਸਿੱਧਕ ਹੀ ਨਮਸਕਾਰ ਹੈ ਸਿੱਧਕ ਹੀ ਉਸ ਆਪਣੇ ਗੁਰੂ ਵੈਗੁਰੂ ਪ੍ਰਮਾਤਮਾ ਅੱਗੇ ਝੁਕਣਾ ਤੋ ਪੰਜਵੇਂ ਬੰਦ ਵਿੱਚ ਪੰਜਵੇਂ ਸ਼ਬਦ ਦੇ ਬੰਦ ਵਿੱਚ ਬੜੀ ਪਿਆਰੀ ਗੱਲ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ। ਕਦੇ ਔਦ ਘਟੈ ਦਿਨਸ ਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ। ਹੁਣ ਕਿਹਨੂੰ ਕਹਿ ਰਹੇ ਨੇ ਭਲਾ? ਮਨ ਗੁਰ ਮਿਲ ਕਾਜ ਸਵਾਰੇ। ਹੁਣ ਮਨ ਕਿਹਦਾ? ਮਨ ਨਹੀਂ ਜਿਉਂਦੇ ਬੰਦੇ ਕੋਲ ਹੈ ਮਨ ਵਿਚਾਰਾਂ ਦਾ ਸੰਗ੍ਰਹਿ। ਹੁਣ ਜਿਹੜਾ ਮੁਰਦਾ ਉਹਦੇ ਕੀ ਵਿਚਾਰ ਨੇ? ਕਦੀ ਕੋਈ ਮੁਰਦੇ ਕੋਲ ਸਲਾਹ ਲੈਂਦਾ ਵੇਖਿਆ? ਉਦੇ ਕੋਣ ਮਾਨੀ ਨਹੀਂ ਤੇ ਵਿਚਾਰੀ ਨਹੀਂ ਉਹ ਤੇ ਕੋਣ ਹੁਣ ਉਹਦੇ ਉਹਦੇ ਕੋਲ ਤੁਸੀਂ ਕਿਹੜੀ ਵਿਚਾਰ ਲਓਗੇ ਇਥੇ ਮਨ ਗੁਰ ਮਿਲ ਕਾਸਵਾਰੇ ਕਿਨੇ ਕਾਸਵਾਰ ਨੇ ਮੁਰਦੇ ਨੇ ਕਿ ਆਪਾਂ ਜਿਹੜੇ ਕਿਸੇ ਬੰਦੇ ਦੀ ਦੇਹ ਨੂੰ ਲਾਂਬੂ ਲਾਉਣ ਗਏ ਉਹਨੇ ਕਾਜ ਉਹਦੇ ਉਹਦੇ ਕਾਜ ਤੇ ਹੁਣ ਤੁਸੀਂ ਸਵਾਰ ਰਹੇ ਜੇ ਉਹਨਾਂ ਤੇ ਅੱਜੇ ਵੀ ਨਹੀਂ ਕਹਣਾ ਕਿ ਮੈਨੂੰ ਇੱਥੇ ਸਰਕਾਰ ਕਰੋ ਮੈਨੂੰ ਪਾਣੀ ਚ ਰੋੜੋ ਮੇਰੇ ਤੇ ਲੱਕੜਾਂ ਦੋ ਵੱਧ ਪਾ ਦਿਓ ਮੇਰੇ ਤੇ ਦੋ ਲੱਕੜਾਂ ਘੱਟ ਪਾ ਦਿਓ ਹੁਣ ਤੇ ਵੀ ਨਹੀਂ ਪਤਾ ਫਿਕਨੇ ਕਾਸਵਾਰ ਨੇ ਇਥੇ ਗੱਲ ਆਪਣੀ ਹੋ ਰਹੀ ਮਨ ਗੁਰ ਮਿਲ ਮਨਾ ਗੁਰੂ ਨੂੰ ਮਿਲ ਪਾ ਤੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਲਾ ਇਹ 16 ਸਬ ਦੇ ਪੰਜੇ ਸ਼ਬਦ ਤੇ ਪੰਜ ਸ਼ਬਦਾਂ ਦੇ ਪੰਜੇ ਰਹਾਉ ਦੇ ਬੰਦ ਆਪਾਂ ਸੰਖੇਪ ਮਾਤਰ ਵਿੱਚ ਵਿਚਾਰੇ ਨੇ ਕਿ ਇਹ ਜਿਹੜਾ ਸੋਹਲੇ ਦਾ ਸੋਹਲਾਦ ਹਸਾ ਖੁਸ਼ੀ ਦਾ ਗੀਤ ਇਹੜਾ ਖੁਸ਼ੀ ਦਾ ਗੀਤ ਆ ਨਾ ਇਹ ਮੈਂ ਆਪਣੀ ਜ਼ਿੰਦਗੀ ਵਿੱਚ ਪੜਨ ਆਪਣੀ ਜ਼ਿੰਦਗੀ ਜਿ ਲਾਗੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਏ ਭਾਈ ਤੁਸੀਂ ਵੀ ਮੇਰੇ ਉਸ ਨਿਰਪਉ ਪਰਮਾਤਮਾ ਦਾ ਖੁਸ਼ੀ ਵਾਲਾ ਗੀਤ ਗਾਓ ਹਾਂ ਵਾਰੀ ਜਿੱਤ ਸੋਲੇ ਸਦਾ ਸੁਖ ਹੋਈ ਮੈਂ ਕੁਰਬਾਨ ਜਾਣਾ ਉਸ ਖੁਸ਼ੀ ਦੇ ਗੀਤ ਤੋਂ ਸਦਾ ਸੁਖ ਹੋਵੇ ਜਿਹਦੇ ਨਾਲ ਅੰਦਰ ਨੂੰ ਸੁੱਖ ਮਿਲਦਾ ਹੈ ਅੰਦਰ ਨੂੰ ਸੁੱਖ ਮਿਲਦਾ ਹੁਣ ਇਹ ਇਹ ਜਿਹੜੀ ਬਾਣੀ ਹੈ ਆਮ ਹੀ ਸਾਡੇ ਸਮਾਜ ਵਿੱਚ ਇਹ ਬਾਣੀ ਨੂੰ ਅਸੀਂ ਇਦਾਂ ਜੋੜ ਕੇ ਰੱਖਤਾ ਵੈਸੇ ਤੇ ਅਸੀਂ ਆਪਣੇ ਰੋਜ਼ਾਨਾ ਇੱਕ ਬੇਨਤੀ ਕਰਾਂ ਜਦੋਂ ਆਪਾਂ ਰਾਤ ਨੂੰ ਸੁਣਨੇ ਆ ਵੈਸੇ ਵੀ ਇਦੇ ਬਾਰੇ ਕਦੀ ਵਿਚਾਰ ਕਰਕੇ ਵੇਖੋ ਆਪਣੇ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਵਿੱਚ ਜਿੱਦਾਂ ਦੇ ਵਿਚਾਰ ਲੈ ਕੇ ਸੌਂਦੇ ਹੋ ਨਾ ਸਾਰੀ ਰਾਤ ਤੁਹਾਡਾ ਮਨ ਉਹ ਤੇ ਉਦਾਂ ਦਾ ਵਰਕ ਕਰਦਾ ਜਿਹਨਾਂ ਜਿਹਨੂੰ ਆਪਾਂ ਅਚੇਤ ਮਨ ਤੇ ਸੁਚੇਤ ਮਨ ਕਹਿੰਦੇ ਆ ਸੁਚੇਤ ਮਨ ਤੇ ਸਾਡੇ ਨਾਲ ਸਮਝ ਜਾਂਦਾ ਹੈ ਪਰ ਅਚੇਤ ਮਨ ਕਦੀ ਸੌਂਦਾ ਨਹੀਂ ਹੈ ਜਿਹੜਾ ਅਚੇਤ ਮਨ ਉਹ ਕਦੀ ਨਹੀਂ ਸੌਂਦਾ ਉਹ ਕਦੀ ਰੈਸਟ ਨਹੀਂ ਕਰਦਾ ਉਹ ਹਰ ਵਕਤ ਰਾਤ ਸੁੱਤੇ ਪਿਆ ਵੀ ਅਚੇਤ ਮਨ ਆਪਣੀ ਆਪਣੀ ਕੰਮ ਕਰ ਰਿਹਾ ਉਹਦੇ ਤੇ ਵਰਕ ਕਰ ਰਿਹਾ ਸੁਪਨੇ ਉਥੋਂ ਆਉਂਦੇ ਨੇ ਇਹ ਸੁਪਨੇ ਨੇ ਕਿਉਂਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਜਿੱਦਾਂ ਦੇ ਤੁਹਾਡੇ ਦਿਮਾਗ 'ਚ ਖਿਆਲ ਹੋਣਗੇ ਉਦਾਂ ਦੀ ਦੁਨੀਆ ਉਹਨੇ ਤੁਹਾਡੇ ਵਾਸਤੇ ਸਿਰਜ ਦੇਣੀ ਹੈ। ਮੈਂ ਕਦੀ ਕਦੀ ਸੋਚਦਾ ਕਿਤੇ ਇਦਾਂ ਦਾ ਵਿਧਾਨ ਐਵੇਂ ਨਾ ਬਦਲ ਗਿਆ ਹੋਵੇ ਕਿ ਕਮ ਸੇ ਕਮ ਸੌਣ ਤੋਂ ਪਹਿਲਾਂ ਜੇ ਸਾਰੀ ਦਿਹਾੜੀ ਤੁਸੀਂ ਉਦਾਂ ਦੇ ਵਿਚਾਰ ਨਹੀਂ ਰੱਖ ਸਕੇ ਕਮ ਸੇ ਕਮ ਸੌਣ ਤੋਂ ਅੱਧਾ ਘੰਟਾ 15 ਮਿੰਟ 20 ਮਿੰਟ ਪਹਿਲਾਂ ਸੇ ਆਪਣੇ ਵਿਚਾਰ ਉਦਾਂ ਦੇ ਬਣਾਉਣ ਦੀ ਕੋਸ਼ਿਸ਼ ਕਰੋ। ਪਰ ਅਸੀਂ ਇਹ ਵੀ ਨਾ ਜੋੜ ਸਕੇ ਅਸੀਂ ਤਾਂ ਕੀਤਾ ਬਿ ਦਵਦਾ ਮਹਾਰਾਜ ਦੇ ਸਰੂਪ ਨਾਲ ਬਾਣੀ ਪੜਦੇ ਹੋ। ਕਾਰਨ ਕਿ ਦੋ ਤਿੰਨ ਭੂਤਾਂ ਵਾਲੇ ਸੀਰੀਅਲ ਵੇਖੋ ਫਿਰ ਉਹ ਭੂਤਾਂ ਵਾਲੇ ਸੀਰੀਅਲ ਵੇਖ ਕੇ ਜੇ ਘਰ ਚ ਕਿਤੇ ਸੀਰੀਅਲ ਵੇਖਦੇ ਆ ਵੇਖਦੇ ਆ ਲਾਈਟ ਚਲੀ ਜਾਵੇ ਨਾ ਫਿਰ ਆਪਣੇ ਘਰ ਦੇ ਪਰਦੇ ਹਿੱਲੇ ਤੋਂ ਲੋਕ ਡਰੀ ਜਾਂਦੇ ਆ ਨਿਆਣਾ ਤਬਕ ਜਾਂਦਾ ਜੀ ਸਾਡਾ ਇਹਨੂੰ ਡਰ ਵੜਾ ਆਉਂਦਾ ਜੀ ਸਾਡੀ ਲੜਕੀ ਡਰ ਜਾਂਦੀ ਹੈ ਜੀ ਸਾਡੀ ਨੂੰਹ ਨੂੰ ਬੜਾ ਡਰ ਹੁੰਦਾ ਜੀ ਸਾਡਾ ਲੜਕਾ ਜਿਹੜਾ ਉਹ ਬੜਾ ਡਰਦਾ ਜੀ ਫਿਰ ਬਾਬਿਆਂ ਕੋ ਲੈ ਕੇ ਤੁਰ ਪੈਂਦੇ ਆ ਇਹ ਤਬਕ ਜਾਂਦਾ ਜੀ ਇਹਨੂੰ ਦੇਖਿਆ ਤੁਸੀਂ ਕਹਿੰਿਆ ਆ ਰੱਖਾਂ ਕਿੱਦਾਂ ਬੱਧੀਆਂ ਹੁੰਦੀਆਂ ਧਾਗੇ ਅ ਤੁਸੀਂ ਵੇਖੋ ਕਈਆਂ ਨੇ ਕਾਲੇ ਧਾਗੇ ਬੰਧਦੇ ਇਥੇ ਤਵੀਤ ਬੰਧਦੇ ਆ ਗਲਾਂ ਚ ਧਾਗੇ ਪਾਏ ਹੁੰਦੇ ਆ ਲੋਕਟ ਪਾਏ ਹੁੰਦੇ ਆ ਕਾਦੇ ਲਈ ਡਰ ਆਉਂਦਾ ਜੀ ਡਰ ਹੈ ਨਾ ਡਰ ਕਰਕੇ ਸਾਰੀ ਸਮੱਸਿਆ ਖੜੀ ਹੁੰਦੀ ਹੈ ਤੋ ਇਦਾਂ ਤੇ ਵਹਿਮ ਸਾਡੇ ਦਿਮਾਗ ਵਿੱਚ ਕਿਉਂ ਪਾਏ ਗਏ ਕਿਉਂਕਿ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਆਪ ਨਹੀਂ ਸਮਝਿਆ ਫਿਰ ਦੁਬਾਰਾ ਸਮਝਣਾ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਜਿਉਂਦੇ ਜੂਰ ਨਾਲ ਸੰਬੰਧ ਰੱਖਦਾ ਹੈ ਆ ਗੱਲ ਫਿਰਦਾ ਤਕੜਾ ਕਰਕੇ ਸੁਣੀਓ ਗੁਰਬਾਣੀ ਮੁਰਦੇ ਵਾਸਤੇ ਨਹੀਂ ਹੈ ਜਦੋਂ ਕੋ ਪ੍ਰਾਣੀ ਚੜ੍ਹਾਈ ਕਰ ਜਾਂਦਾ ਜਿਹੜੀ ਉਸ ਵਕਤ ਅਸੀਂ ਬਾਣੀ ਪੜਦੇ ਆ ਉਹਦਾ ਸਬੰਧ ਦੁਨੀਆ ਤੋਂ ਜਾ ਚੁੱਕੇ ਪ੍ਰਾਣੀ ਨਾਲ 1% ਵੀ ਨਹੀਂ ਹੈ ਇਹ ਗੱਲ ਨੂੰ ਪਤਾ ਡੇਰੇਦਾਰਾਂ ਨੂੰ ਹজম ਨਹੀਂ ਹੋਣੀ ਉਹਨਾਂ ਨੂੰ ਕਦੀ ਵੀ ਹজম ਨਹੀਂ ਉਹਨਾਂ ਕਹਣਾ ਵੇਖੋ ਜੀ ਕਿਦਾਂ ਦਾ ਪਰ ਹੈ ਸੱਚ ਹੈ ਪਰ ਜਿਹੜੀ ਬਾਣੀ ਕਹਿੰਦੀ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣਿਆ ਕੋਇਲਾ ਜਿਹੜੀ ਬਾਣੀ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦੀ ਨਹੀਂ ਜਿਉਂਦੇ ਜੀ ਸਾਨੂੰ ਬੰਧਨਾਂ ਤੋਂ ਮੁਕਤ ਕਰਨ ਦੀ ਗੱਲ ਦੱਸ ਰਹੀ ਹੈ ਤੇ ਮਰਨ ਤੋਂ ਬਾਅਦ ਕਿਹੜੇ ਉਪਦੇਸ਼ ਦੀ ਗੱਲ ਆਪਾਂ ਗੱਲ ਕਰਾਂਗੇ ਇਹ ਤੇ ਜਿਉਂਦੇ ਜੀ ਅਸੀਂ ਬੰਧਨਾ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਜਿਉਂਦੇ ਜੀ ਤੋਂ ਬਾਣੀ ਦਾ ਇੱਕ ਇੱਕ ਸ਼ਬਦ ਇੱਕ ਇੱਕ ਵਿਚਾਰ ਇਦਾਂ ਦੇ ਵਹਿਮਾਂ ਚੋਂ ਨਿਕਲਣਾ ਹੈ ਵੀ ਆਹ ਖੁਸ਼ੀ ਦਾ ਗੀਤ ਹੁਣ ਮੰਨ ਲਓ ਕਿਸੇ ਦੇ ਘਰ ਕੋਠੀ ਵੇਲੇ ਜਦੋਂ ਤੱਕ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦਾਂ ਆ ਪੜਨ ਘਰ ਵਾਲਿਆਂ ਨੂੰ ਤਸੱਲੀ ਥੋੜਾ ਹੁੰਦੀ ਹੈ ਪੁੱਤਰ ਦਾ ਕਿਤੇ ਜਨਮ ਹੋਇਆ ਹੋਵੇ ਤੇ ਜਦੋਂ ਇਹਦਾ ਸ਼ਬਦ ਪੜਨ ਪੂਤਾ ਮਾਤਾ ਕੀ ਅਸੀਸ ਐਦਾਂ ਨਹੀਂ ਜਾਂਦਾ ਉਹਦਾ ਹੱਥ ਦਾਦੇ ਦਾ ਜੇਬ ਚ 500 ਦਾ ਕਿ 2000 ਦਾ ਨੋਟ ਕੱਢ ਕੇ ਐਦਾਂ ਰੱਖ ਦਿੰਦਾ ਵੀ ਲਓ ਜੀ ਪੂਤਾ ਮਾਤਾ ਕੀ ਅਸੀਸ ਪੁੱਤੀ ਗੰਢ ਪਵੇ ਸੰਸਾਰ ਉਹਨੂੰ ਇੰਜ ਲੱਗਦਾ ਲਓ ਜੀ ਮੇਰੀ ਤੇ ਗੰਢ ਪੈ ਗਈ ਜੀ ਵੀ ਜਿਹੜੇ ਤੁਹਾਡੇ ਲੱਛਣਾਂ ਗੰਢ ਰਹਿਣੀ ਕਿੱਥੋਂ ਤੂੰ ਜੇ ਮਾਰਾ ਸਰੂਪ ਗੁਰਦਰ ਨਹੀਂ ਜਾਣਣਾ ਤੇ ਉੱਥੇ ਸ਼ਰਾਬ ਚੱਲਣੀ ਆ ਉੱਥੇ ਨਸ਼ੇ ਚੱਲਣੇ ਆ ਪਤਾ ਨਹੀਂ ਕਿਹਨੇ ਫੈਰ ਕਰ ਦੇਣਾ ਕੋਈ ਨਾ ਕੋਈ ਵਿੱਚੋਂ ਝੜੇ ਤੁਸੀਂ ਵੇਖੋ ਕਿਦਾਂ ਕੁਝ ਵਾਪਰਦਾ ਉਥੇ ਗਰੰਥੀ ਤੇ ਸਾਡੀਆਂ ਗੁਰਦਰਗਾਹ ਦੇ ਗਰੰਥੀ ਪਾਈਆਂ ਦੀਆਂ ਅਰਦਾਸਾਂ ਨਾਲ ਕਿਦਾਂ ਸੁਖ ਸ਼ਾਂਤੀ ਆਜੂ ਛਰੂਪ ਜੇ ਗੁਰਦਰਨ ਜਾਣਾ ਉਥੇ ਸ਼ਰਾਬਾਂ ਪੀਤੇ ਜਾਣੀਆਂ ਉਥੇ ਬੱਕਰੇ ਬੁਲਾਏ ਜਾਣੇ ਆ ਵੈਪਨ ਹਰ ਕੇ ਦੇ ਕੋਲ ਹੈਗਾ ਜਿੰਨੇ ਕੋਈ ਫਾਇਰ ਕਰਤਾ ਕਿਸੇ ਗੋਲੀ ਵਾਜ ਜਾਣੀਆਂ ਵਸਦੇ ਘਰ ਉਜੜ ਜਾਣੇ ਤਬਾਈ ਪਾ ਜਾਣੀ ਅਰ ਜਿੰਨ ਤੱਕ ਸ਼ਿਵਦਨਾ ਕੇ ਨੇ ਨਵੀਂ ਨਵੀਂ ਕੋਠੀ ਪਾਈ ਹੋਵੇ ਘਰ ਪਾਇਆ ਹੋਵੇ ਉਥੇ ਵੀ ਸ਼ਬਦ ਜਦੋਂ ਆਪਣਾ ਘਰ ਮੰਦਰ ਸੋਹੇ ਹਟ ਨਾਲ ਹੈ ਆਨੂੰ ਲੱਗਦਾ ਵੀ ਇਹ ਸ਼ਾਇਦ ਸਾਡੇ ਇਟਾਂ ਵਾਲੇ ਘਰਾਂ ਦੀਆਂ ਗੱਲਾਂ ਹੋ ਰਹੀਆਂ ਨੇ ਸੇ ਉਤਾ ਮਾਤਾ ਕੀ ਸ਼ਾਇਦ ਇਹ ਤੇ ਪੁੱਤਰ ਦੀ ਗੱਲ ਹੀ ਹੋ ਰਹੀ ਹੈ ਇਹ ਇਹ ਤੇ ਸ਼ਬਦ ਉਹਨਾਂ ਤੇ ਢੁਗਦਾ ਜਿਨ੍ਹਾਂ ਦੇ ਘਰਾਂ 'ਚ ਪੁੱਤਰ ਹੈਗੇ ਜਿਨ੍ਹਾਂ ਦੇ ਘਰਾਂ 'ਚ ਔਲਾਦ ਹੈ ਨਹੀਂ ਫਿਰ ਤੇ ਸ਼ਬਦ ਉਹਨਾਂ ਤੇ ਢੁਗਦਾ ਹੀ ਨਹੀਂ ਆ ਕੀ ਗੁਰਬਾਣੀ ਦੋ ਚਾਰ ਬੰਦਿਆਂ ਵੱਲ ਵੇਖ ਕੇ ਮਾਰੇ ਨੂੰ ਉਚਾਰਨ ਕੀਤੀ ਸੀ ਕਿੱਥੋਂ ਤੁਰਿਆ ਸੀ ਕਿੱਥੇ ਅੰਨ ਕਿ ਖਲੋਗੇ ਸੀ ਉਹ ਸਾਧ ਸੰਗਤ ਜੀ ਇਹ ਜਿਹੜੀ ਸੋਲਾ ਬਾਣੀ ਆ ਇਹ ਸਾਡੇ ਨਾਲ ਸੰਬੰਧ ਰੱਖਦੀ ਹੈ ਦੁਨੀਆ ਤੋਂ ਜਾ ਚੁੱਕੇ ਪ੍ਰਾਣੀ ਨਾਲ ਸੰਬੰਧ ਤੋਂ ਮੈਂ ਕਈ ਵਾਰ ਮਹਿਸੂਸ ਕਰਦਾ ਜਦੋਂ ਪ੍ਰਾਣੀ ਚੜਾਈ ਕਰਦਾ ਜਦੋਂ ਆਪਾਂ ਜਾ ਕੇ ਮੜੀਆਂ 'ਚ ਪੜਦੇ ਆਂ ਸ਼ਾਇਦ ਇਸੇ ਕਰਕੇ ਜਦੋਂ ਮर्यादा ਬਣਾਈ ਗਈ ਉਹਦੇ ਵਿੱਚ ਉਹਨਾਂ ਵਿਦਵਾਨਾਂ ਨੇ ਉਹਨਾਂ ਵਿਚਾਰਵਾਨਾਂ ਨੇ ਤਾਂ ਹੀ ਅੰਕਿਤ ਕੀਤੀ ਹੋਵੇ ਵੀ ਕਮ ਸੇ ਕਮ ਜਦੋਂ ਤੁਸੀਂ ਉੱਥੇ ਜਾਣਾ ਕਈ ਵਾਰੀ ਜਵਾਨ ਪੁੱਤ ਦੀ ਡੈਥ ਹੋਈ ਹੁੰਦੀ ਹੈ ਪਰਿਵਾਰ ਦੇ ਮਨ ਡੋਲੇ ਹੁੰਦੇ ਨੇ ਪਾਣੀ ਸਾਡੇ ਮਨ ਨੂੰ ਹੌਸਲਾ ਦਿੰਦੀ ਹੈ ਜਿਉ ਮੰਦਰ ਕੋ ਥਾਵੇਂ ਥੰਮਣ ਜੋ ਗੁਰਕਾ ਸ਼ਬਦ ਮਨੇ ਹਸਤਮ ਗੁਰੂ ਦਾ ਸ਼ਬਦ ਸਾਡੇ ਮਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਦਾ ਸਾਡੇ ਮਨ ਨੂੰ ਹੌਸਲਾ ਤੇ ਤਕੜਾ ਕਰਦਾ ਲੋ ਸਾਡਾ ਮਨ ਵਿਗਾਸ ਵਿੱਚ ਆਏਗਾ ਸਾਡਾ ਮਨ ਖੇੜੇ ਵਿੱਚ ਆਏਗਾ ਸਾਡੇ ਮਨ ਨੂੰ ਹੌਸਲਾ ਗੁਰਬਾਣੀ ਦੀ ਵਿਚਾਰ ਵਿੱਚੋਂ ਮਿਲਣਾ ਹੈ ਕੋ ਸ਼ਹਿਰ ਇਸੇ ਕਰਕੇ ਉਹਨਾ ਵਿਚਾਰਵਾਨਾਂ ਨੇ ਗੱਲ ਉਦੋਂ ਨਾਲ ਜੋੜੀ ਹੋਵੇ ਕਿ ਜਦੋਂ ਆਪਾਂ ਉਥੇ ਦੇ ਦਾ ਸੰਸਕਾਰ ਕਰਨ ਜਾਣਾ ਵਾ ਉਥੇ ਫੈਟ ਤੇ ਬੈਠ ਕੇ ਤੁਸੀਂ ਸੋਲਾ ਸਬ ਦੀ ਬਾਣੀ ਦਾ ਪਾਠ ਕਰੋ ਪਰ ਅੱਜ ਕਿੰਨਿਆਂ ਨੂੰ ਇਹਦੇ ਅਰਥ ਹੁੰਦੇ ਨੇ ਜੇ ਅਰਥਾਂ ਦੇ ਹੁੰਦੇ ਤੇ ਅਸੀਂ ਆਰਤੀਆਂ ਕਰਦੇ ਸ਼ਬਦ ਉਹੋ ਪੜ੍ਹ ਕੇ ਅਸੀਂ ਥਾਲ ਕਮਉਂਦੇ ਗੁਰੂਆਂ ਸਰ ਦੇ ਸਰੂਪ ਦੇ ਬੰਨੇ ਹੁਣ ਆ ਤੁਸੀਂ ਪੰਜੇ ਸ਼ਬਦਾਂ ਦੀ ਆਪਾਂ ਰਹਾਉ ਦੇ ਬੰਦ ਦੀ ਵਿਚਾਰ ਜਿਹੜੀ ਸੰਖੇਪ ਸ਼ਬਦਾਂ ਵਿੱਚ ਕੀਤੀ। ਤੋਂ ਇਹ ਗੁਰਦੇਵ ਜੀ ਨੇ ਇੱਚ ਹਵਾਲੇ ਦੇ ਦੇ ਕਿਸਮ ਜਾਇਆ ਜਿਵੇਂ ਇੱਕ ਲੜਕੀ ਨੂੰ ਲੜਕੀ ਨੂੰ ਮਾਈਏ ਪਾਇਆ ਜਾਂਦਾ ਸੀ ਵਿਆਹ ਤੋਂ ਪਹਿਲਾਂ ਇਹ 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 ਨਿਸ਼ਾਨੀ ਸੀ ਕਿ ਹੁਣ ਇਹਨੇ ਵਿਆਹੀ ਜਾਣਾ ਇਹਨੇ ਸਹੁਰੇ ਘਰ ਚ ਲਈ ਜਾਣਾ ਇਹਦੀ ਤਿਆਰੀ ਕਰਵਾਈ ਜਾ ਰਹੀ ਹੈ ਕਿ ਇਹਨੇ ਹੁਣ ਆਪਣਾ ਪੇਕ ਘਰ ਛੱਡ ਕੇ ਸਹੁਰੇ ਘਰ ਜਾਣਾ ਹੈ। ਇਦਾਂ ਇਸ ਜੀਵਨ ਸਥਿਤੀ ਦੀ ਤਿਆਰੀ ਹੋਵੇ ਆਪਣੀ ਤਿਆਰੀ ਕਰ ਕਿ ਤੂੰ ਆਪਣਾ ਪੇਕਾ ਘਰ ਪਾਵਾ ਆਪਣਾ ਸੰਸਾਰੀ ਪੱਕ ਛੱਡ ਕੇ ਗੁਰੂ ਵਾਲੇ ਬੰਨੇ ਤੁਰ ਗੁਰੂ ਵਾਲਾ ਪਾਸਾ ਸਾਡਾ ਸਹਰਾ ਘਰ ਹੈ ਸੰਸਾਰ ਸਾਡਾ ਪੇਕਾ ਘਰ ਹੈ ਹਰ ਇੱਕ ਲੜਕੀ ਗੁਰੂ ਦੇ ਮਲਾਪ ਜਿਵੇਂ ਆਪਾਂ ਆਪਾਂ ਹੁਣ ਬਹੁਤ ਨੇ ਧਿਆਨ ਨਾਲ ਸੁਣੇ ਇਸ ਗੱਲ ਨੂੰ دنیਵੀ ਤੌਰ ਤੇ ਬਹੁਤ ਨੇ ਜਿਹੜੇ ਆਨੰਦ ਕਰਦੇ ਨਹੀਂ ਕਰਾਉਂਦੇ ਕਈ ਲੜਕੇ ਵੀ ਹੈਗੇ ਕਈ ਲੜਕੀਆਂ ਵੀ ਵਿਆਹ ਨਹੀਂ ਕਰਾਉਂਦੀਆਂ ਪਰ ਇਹ ਜਿਹੜਾ ਸਚਨਾ ਮਲਾਪ ਨਾ ਦੁਨੀਆ ਦਾ ਹਰ ਬੰਦਾ ਹਾਸਲ ਕਰ ਸਕਦਾ ਉਹ ਕਰੇ ਨਾ ਕਰੇ ਮਰਜੀ ਉਹਦੀ ਆਪਣੀ ਇਹ ਗੱਲ ਜੀ ਤਰਖਿਓ ਗੁਰੂ ਨਾਲ ਜੋੜਨਾ ਸਹੁਰਾ ਵਾਲਾ ਸਹਰੇ ਵਾਲਾ ਪਾਸਾ ਪਤੀ ਵਾਲਾ ਪਾਸਾ ਜਦੋਂ ਅਸੀਂ ਗੁਰੂ ਵਾਲੇ ਬਣਦੇ ਆ ਸਚਨਾ ਸਾਂਝ ਪਾਉਂਦੇ ਆ ਇਹ ਸਾਡਾ ਸਹਰਾ ਘਰ ਹੈ ਸੰਸਾਰ ਸਾਡਾ ਪੀਕਾ ਘਰ ਹੈ ਤੁਸੀਂ ਵੇਖੋ ਜਦੋਂ ਲੜਕੀ ਵਿਆਹ ਹੀ ਜਾਂਦੀ ਹੈ ਸਹਰੇ ਘਰ ਚਲ ਜਾਂਦੀ ਹੈ ਸਹਰੇ ਘਰ ਉਹ ਰਹਿੰਦੀ ਹੈ ਜਗਤੇ ਕਦੀ ਰਾਤ ਪੀਕੇ ਘਰ ਵੀ ਆਵੇ ਪਰ ਧਿਆਨ ਉਹਦਾ ਸਹੁਰੇ ਪਰਿਵਾਰ 'ਚ ਹੁੰਦਾ ਵੀ ਅੱਜ ਮੇਰਾ ਬੱਚਾ ਉੱਠਿਆ ਹੋਏਗਾ ਕਿ ਨਹੀਂ ਉੱਠਿਆ ਹੋਏਗਾ ਉਹ ਸਕੂਲ ਗਿਆ ਹੋਏਗਾ ਕਿ ਨਹੀਂ ਗਿਆ ਹੋਏਗਾ ਮੇਰੀ ਦਰਾਨੀ ਜਠਾਣੀ ਨੇ ਮੇਰੇ ਬੱਚਿਆਂ ਨੂੰ ਬ੍ਰੇਕਫਾਸਟ ਦਿੱਤਾ ਹੋਏਗਾ ਕਿ ਨਹੀਂ ਦਿੱਤਾ ਹੋਏਗਾ ਇਦਾਂ ਦੇ ਖਿਆਲ ਆਉਂਦੇ ਨੇ ਪਰ ਸਹੁਰੇ ਘਰ ਇੰਨੇ ਸਾਰੀ ਕਦੀ ਰੋਜ਼ ਖਿਆਲ ਆਉਂਦਾ ਮਾਂ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਭੈਣ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਮੇਰੀ ਮੰਮੀ ਨੂੰ ਮੇਰੇ ਪਰਜਾਈ ਨੇ ਰੋਟੀ ਪੁੱਛੀ ਕਿ ਨਹੀਂ ਪੁੱਛੀ ਇਦਾਂ ਦਾ ਮਨ 'ਚ ਖਿਆਲ ਆਉਂਦਾ ਕਦੀ ਵੀ ਨਹੀਂ ਆਉਂਦਾ ਹੋਏਗਾ ਇੱਕ ਦੋ ਵਾਰ ਹੀ ਆਏਗਾ ਇੱਕ ਦੋ ਮਹੀਨੇ ਆਏਗਾ ਪਰ ਇਨਾ ਥੋੜਾ ਹੁੰਦਾ ਜਿੰਨਾ ਪੇਕੇ ਘਰ ਜਾ ਕੇ ਆਪਣੇ ਬੱਚਿਆਂ ਦਾ ਹੁੰਦਾ ਇਨਾ ਥੋੜਾ ਹੁੰਦਾ ਫਿਰ ਗੱਲ ਨੂੰ ਸਮਝਣਾ ਫਿਰ ਗੱਲ ਨੂੰ ਵਿਚਾਰਨਾ ਇਸ ਗੱਲ ਨੂੰ ਕਿ ਜਿਹੜੀ ਇਹ ਸੋਲਾ ਬਾਣੀ ਹੈ ਇਹ ਖੁਸ਼ੀ ਦਾ ਗੀਤ ਹੈ ਉਹ ਨਿਰਭਉ ਦਾ ਸੋਲਾ ਹੈ ਉਹ ਸੰਨਰਪ ਪਰਮਾਤਮਾ ਦੇ ਖੁਸ਼ੀ ਦਾ ਗੀਤ ਹੈ ਜਿਹੜਾ ਮੇਰੇ ਅੰਦਰ ਨੂੰ ਤਕੜਾ ਕਰਦਾ ਹੈ ਜਿਹੜੇ ਮੇਰੇ ਅੰਦਰ ਨੂੰ ਮਜ਼ਬੂਤ ਕਰਦਾ ਹੈ ਤੋਂ ਇਸ ਬਾਣੀ ਪ੍ਰਤੀ ਜਿਹੜੀਆਂ ਕੁਝ ਮਨੋਤਾ ਨੇ ਉਹ ਸਮਝਣੀਆਂ ਬੜੀ ਜ਼ਰੂਰੀ ਨੇ ਵੀ ਇਹ ਪੁਰਾਣੇ ਸਮੇਂ ਵਿੱਚ ਫੇਰ ਦਰਾਦਾ ਨਾ ਵੀ ਪੁਰਾਣੇ ਸਮੇਂ ਜਦੋਂ ਸ਼ਾਮਾਂ ਨੂੰ ਗਰੰਤੀ ਸਿੰਘ ਨੇ ਗੁਰਦੁਆਰੇ ਪਾਠ ਕਰਨਾ ਇਦਾਂ ਦੇ ਸਾਧਨ ਕਿੱਥੇ ਸੀ ਕੋਈ ਰੇਡੀਓ ਕੋ ਟੀਵੀ ਸਟੇਸ਼ਨ ਇਦਾਂ ਦੇ ਕੰਮ ਕਿੱਥੇ ਸੀ ਨਾ ਉਦੋਂ ਮੋਬਾਈਲ ਸੀ ਵੀ ਕੱਲਾ ਕੱਲਾ ਪਰਿਵਾਰ ਮੋਬਾਈਲ ਲੈ ਕੇ ਸਾਈਡ ਤੇ ਬੈਠਾ ਉਦੋਂ ਸ਼ਾਮਾਂ ਨੂੰ ਜਾਣਾ ਗੁਰਦੁਆਰੇ ਇੱਥੋਂ ਹੀ ਜੋਤਾਂ ਸ਼ੁਰੂ ਹੋਈਆਂ ਸੀ ਅਰਿਆਂ ਕਿਉਂਦੀਆਂ ਜੋਤਾਂ ਜਗਦੀਆਂ ਨੇ ਸ਼ਾਮਾਂ ਨੂੰ ਗੁਰਦੁਆਰੇ ਇਦਾਂ ਦੀ ਲਾਈਟ ਆਈ 1960 ਵਿੱਚ ਜਿਹੜੀ ਆ ਬਿਜਲੀ ਆਪਾਂ ਵੇਖਦੇ ਆ ਲਾਈਟ 1960 ਵਿੱਚ ਆਈ ਹੈ ਪਹਿਲਾਂ ਕਿੱਥੇ ਸੀ ਲਾਈਟ ਪਹਿਲਾਂ ਤਾਂ ਦੀਵੇ ਗੁਰਦੁਆਰੇ ਦੀਵੇ ਜਗਦੇ ਹ ਹਰ ਇੱਕ ਬੰਦੇ ਨੇ ਕਹਿਣਾ ਜੇ ਮੇਰੇ ਘਰ ਦੀਵਾ ਜਗਦਾ ਤੇ ਸ਼ਾਮਾਂ ਨੂੰ ਨਾਲੇ ਗੁਰਦਾਰੇ ਮੱਥਾ ਟੇਕਣਾ ਨਾਲੇ ਥੋੜੇ ਜਾ ਘਿਓ ਲੈ ਜਾਣਾ ਮੱਝਾਂ ਕਾਮਾ ਵਾਧੂ ਹੋਣੀਆਂ ਘਰ ਚ ਖੁੱਲੀਆਂ ਦੋਦ ਵਾਧੂ ਹੋਣਾ ਉਹ ਘਿਓ ਲੈ ਜਾਣਾ ਜਾ ਕੇ ਉੱਥੇ ਐਦਾਂ ਲਾ ਕੇ ਡੱਬਾ ਪਿਆਣਾ ਉੱਚ ਪਾਉਣਾ ਗਰੰਤੀ ਚ ਨੇ ਐਦਾਂ ਸ਼ਾਮਾਂ ਨੂੰ ਦੀਵਾ ਜਗਾਉਣਾ ਉਹ ਝੋ ਖੁੱਲਾ ਹੁੰਦਾ ਸੀ ਕੁਦਰਤੀ ਗੱਲ ਹੈ ਦੇਸੀ ਘਿਓ ਦਾ ਦੀਵਾ ਮ ਗੁਰਦਾਰੇ ਜਗਦੇ ਰਹੇ ਹੌਲੀ ਹੌਲੀ ਲਾਈਟਾਂ ਆ ਗਈਆਂ ਘਿਓ ਉਦਾਂ ਜਾਂਦਾ ਸੀ ਜੋਦੇ ਬਹਾਨੇ ਜੇ 5 ਕਿਲੋ ਘਿਓ ਆ ਰਿਹਾ ਤੇ ਅਗਲਾ ਕਿਉਂ ਜੋਤ ਬਜਾਉ ਉਹ ਤੇ ਕਹੂਗਾ ਜੀ ਇਹ ਜੁਗੋ ਜੁਗੋ ਟਾਲਾ ਦੀ ਜੋਤ ਦਾ ਤੇ ਸਬੰਧ ਬੜਾ ਤਕੜਾ ਗੁਰੂ ਰੰਗ ਸਾਹਿਬ ਨਾਲ ਜੋਤ ਦਾ ਸਬੰਧ ਗੁਰੂ ਗ੍ਰੰਥ ਸਾਹਿਬ ਨਾਲ ਸੀ ਜੋਤ ਦਾ ਸਬੰਧ ਚ ਰੌਸ਼ਨੀ ਨਾਲ ਸੀ ਉਦੋਂ ਲਾਈਟ ਨਹੀਂ ਸੀ ਹੈਗੀ ਉਹ ਸ਼ਾਮ ਨੂੰ ਦੀਵੇ ਵਾਸਤੇ ਉਹਦੇ ਵਾਸਤੇ ਘਿਓ ਦੇ ਆਉਣਾ ਉਥੇ ਗੁਰਦੁਆਰੇ ਉਥੇ ਲਾਗੇ ਡੱਬਾ ਪਿਆਉਣਾ ਚ ਪਾਉਣਾ ਗ੍ਰੰਥ ਜੀ ਨੇ ਜੇ 4 ਚਮਚੇ ਬਾਲਣ ਆ ਜਾਣਾ ਉਹਦੇ ਬਹਾਨੇ ਅੱਧਾ ਕਿਲੋ ਘਿਓ ਪਿੰਡ ਵਿੱਚੋਂ ਇਕੱਠਾ ਹੋ ਜਾਣਾ ਤਨਖਾਵਾ ਗੁਰਦੁਆਰੇ ਦੀ ਗਰੰਥੀਆਂ ਦੀ ਨਹੀਂ ਹੁੰਦੀਆਂ ਸੀ ਅਗਲੇ ਵੀ ਕਹਿੰਦੇ ਸੀ ਠੀਕ ਹੈ ਜੇ ਇਦਾਂ ਨਹੀਂ ਸੀ ਇਦਾਂ ਸੀ ਫਿਰ ਉਹਨਾਂ ਕਹਿੰਦੇ ਜੀ ਜੋਤ ਬੁਝਣੀ ਨਹੀਂ ਚਾਹੀਦੀ ਜੋਤ ਤੇ ਪੱਕੀ ਤਿੰਨ ਤਿੰਨ ਦਿਨ ਅਖੰਡ ਪੜਦੇ ਨਾਲ ਜੋਤ ਪੱਕੀ ਅੱਛਾ ਜਿਹੜੀ ਰੱਬ ਦੀ ਜੋਤ ਉਹ ਬੁਝ ਰਹੀ ਆ ਹਾਕਮ ਮਾਰੀ ਜਾਂਦੇ ਆ ਗਰੀਬਾਂ ਦਾ ਰਾਸ਼ਨ ਨਹੀਂ ਦੇਣਾ ਕਿਸੇ ਨੂੰ ਕਿਸੇ ਦੀ ਕਿਸੇ ਦੀ ਜਿਹੜਾ ਲੋੜਵੰਦ ਬੰਦਾ ਉਹਦੀ ਹੈਲਪ ਨਹੀਂ ਕਰਨੀ ਗਰੀਬ ਦਾ ਹੱਕ ਮਾਰ ਲੈਣਾ ਤੇ ਕਿਉਂ ਦੀ ਲਾਗੇ ਜੋਤ ਉਦਾਂ ਜਗਾਈ ਜਾਣੀ ਉਹਦਾ ਕਿਸੇ ਨੂੰ ਕਹਦੇ ਨਾ ਕਿ ਕਿਸੇ ਦੀ ਹੈਲਪ ਕਰ ਦੋ ਉਹ ਨਹੀਂ ਹੈਗਾ ਦੇਸੀ ਕਿਉਂ ਭਾਵੇਂ ਜੋਤ ਵਾਸਤੇ 5 ਕਿਲੋ ਚੜਾਵੇ ਕੱਲਾ ਬੰਦਾ ਇਥੋਂ ਜੋਤ ਚੱਲ ਪਈ ਸ਼ਾਮਾਂ ਨੂੰ ਜਾਣਾ ਫਿਰ ਇਹਦਾ ਪਠ ਪਾਠ ਕਰਨਾ ਗਰੰਥੀ ਸਿੰਘ ਨੇ ਸੋਦਰ ਦਾ ਪਾਠ ਹੋਣਾ ਉਸ ਤੋਂ ਬਾਅਦ 16 ਸਾਬ ਦੀ ਬਾਣੀ ਜਿਹੜੋ ਗਰੰਥੀ ਸਿੰਘ ਨੇ ਮਹਾਰਾਜ ਰੂਪ ਦੀ ਸੇਵਾ ਕਰਨੀ ਵਲਾਗੇ ਉਹਨੇ ਸਾਜਾਂ ਨਾਲ 16 ਸਾਬ ਉਹਨੂੰ ਕੀਰਤਨ ਸੋਲਾ ਹੌਲੀ ਹੌਲੀ ਕਹਿਣ ਲੱਗੇ ਪਏ ਵੈਸੇ ਕੀਰਤਨ ਸੋਲਾ ਬਣਦਾ ਨਾਮ ਨਹੀਂ ਬਣਦਾ ਨਾਮ ਸੋਹਲਾ ਉਹਦੇ ਜੋ ਗਰੰਥੀ ਸਿੰਘ ਨੂੰ ਪਾਠ ਸਿੰਘ ਵੀ ਬੈਠੇ ਹੋਣੇ ਘਰਾਂ 'ਚ ਬੈਠੇ ਸੁਣ ਰਹੇ ਫਿਰ ਸੰਪਰਦਾਇਆਂ ਨੇ ਇਹਨਾਂ ਸ਼ਬਦਾਂ ਨਾਲ ਕਿੰਨਾ ਕੋਈ ਜੋੜ ਦਿੱਤਾ ਜੋ 16 ਸਬ ਦੀ ਬਾਣੀ ਪੜਦੇ ਕਈ ਸੰਪਰਦਾਇ ਡੇਰੇਦਾਰ ਇਹ 16 ਸਬ ਦੀ ਬਾਣੀ ਨਾਲ ਇਦਾਂ ਦੇ ਸ਼ਬਦ ਜੋੜ ਦਿੱਤੇ ਕਿਹੜੇ-ਕਿਹੜੇ ਪਲਾ ਔਖੀ ਕੜੀ ਨਾਲ ਦੇਖਣ ਦੇ ਆਪਣਾ ਬਿਰਦ ਸੁਮਾਲੇ ਹੱਥ ਦੇ ਇਦਾਂ ਉਹ ਕਹਿੰਦੇ ਵੀ ਇਹ 16 ਸਬ ਦੀ ਬਾਣੀ ਕਈ ਸੰਪਰਦਾਇ ਡੇਰੇਦਾਰਾਂ ਨੇ ਤੇ ਇਸ ਬਾਣੀ ਨਾਲ ਇਦਾਂ ਦੇ ਪਰਮ ਵੀ ਬਣਾਏ ਹੋਏ ਆ ਇਦਾਂ ਦੀਆਂ ਮਨੋਤਾਂ ਵੀ ਖੜੀਆਂ ਕਰ ਦਿੱਤੀਆਂ ਕਿ 16 ਸਬ ਦੀ ਜਦੋਂ ਬਾਣੀ ਰਾਤ ਨੂੰ ਪੜੀਦੀ ਹੈ ਜਦੋਂ ਬੰਦਾ ਪੜਦਾ ਤੇ ਤੇ ਬੰਨੇ-ਬੰਨੇ ਲੋਹੇ ਦਾ ਜੰਗਲਾ ਬਣ ਜਾਂਦਾ ਪਾਪ ਕੋਈ ਇਹ ਤੇ ਨੁਕਸਾਨ ਨਹੀਂ ਹੋ ਸਕਦਾ ਤੇ ਸਵੇਰੇ ਜਦੋਂ ਉਹ ਫਿਰ ਜਵਜੀ ਸਦਾ ਪਾਠ ਕਰਦਾ ਉਹ ਫਿਰ ਜਿਹੜਾ ਜਿਹੜਾ ਜੰਗਲਾ ਬਣਿਆ ਹੁੰਦਾ ਉਹ ਟੁੱਟ ਜਾਂਦਾ ਫਿਰ ਜੇ ਸੋਚ ਕੇ ਵੇਖੋ ਇਹ ਇਹ ਬਾਣੀ ਜਿਨ੍ਹਾਂ ਵਹਿਮਾਂ ਚ ਸਾਨੂੰ ਬਾਣੀ ਕਰਦੀ ਸੀ ਤੇ ਬਾਣੀ ਨੂੰ ਵਹਿਮਾਂ ਚ ਪਾਤਾ ਐ ਇਤੋਂ ਮਨੋਂ ਤਾਂ ਸ਼ੁਰੂ ਹੋ ਗਈਆਂ ਲਾ ਕੇ ਪਾਠ ਕਰਨਾ ਲਾ ਕੇ ਗਲਾਸ ਪਾਣੀ ਦਾ ਰੱਖ ਲੈਣਾ ਫਿਰ ਉਹ ਗਲਾਸ ਸਾਰੇ ਘਰ ਵਿੱਚ ਛੱਟਾ ਦੇਣਾ ਕਿਉਂ ਜੀ ਹੁਣ ਇਹ ਅੰਮ੍ਰਿਤ ਬਣ ਗਿਆ ਅੱਛਾ ਬੰਦਾ ਅੰਮ੍ਰਿਤ ਨਹੀਂ ਬਣਿਆ ਜੇ ਤੱਕ ਬਾਣੀ ਪੜ੍ਹ ਕੇ ਇਤੋਂ ਘੜਾ ਚੱਲ ਪਿਆ ਲੱਗੇ ਇਤੋਂ ਕੁੰਭ ਚੱਲ ਪਿਆ ਕਈ ਕਰਮकांड ਪਖੰਡ ਇਤੋਂ ਸ਼ੁਰੂ ਹੋ ਗਏ ਤਾਈਂ ਮਰਿਆਦਾ ਚ ਬਕਾਇਦਾ ਲਿਖਿਆ ਹੋਇਆ ਹੈ ਇਹ ਕੁੰਭ ਇਹ ਇਹ ਨਾਰੀਅਲ ਇਹ ਜੋਤਾਂ ਟੱਲੀਆਂ ਖੜਕਾਉਣੀਆਂ ਸੰਖਪੂਰ ਨੇ ਇਹ ਮਨਮਤ ਹੈ ਲਿਖਿਆ ਬਕਾਇਦਾ ਤੋ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਏਦਾਂ ਹੌਲੀ ਹੌਲੀ ਏਦਾਂ ਤੇ ਵਹਿਮ ਨਾਲ ਜੁੜਦੇ ਗਏ ਤੋ ਖੈਰ ਜਿਹੜੀ ਸੋਲਾ ਸੋਲਦਾਰ ਦਾ ਖੁਸ਼ੀ ਦਾ ਗੀਤ ਇਹ ਉਹ ਗੀਤ ਹੈ ਜਿਹਦੇ ਨਾਲ ਸਦਾ ਸੁਖ ਹੋਏ ਜਿਹਦੇ ਨਾਲ ਸਾਡੇ ਅੰਦਰ ਸਦਾ ਸੁਖੀ ਹੋਣਾ ਹੈ ਸੁਖ ਅੰਦਰ ਦਾ ਹੈ ਪਿਆਰਿਓ ਅੰਦਰੋਂ ਸੁਖੀ ਹੋਵੇ ਨਾ ਬਾਹਰ ਭਾਵੇਂ ਤਪਸ਼ ਵੀ ਉਪੈਰੀ ਹੋਵੇ ਨਾ ਅੰਦਰ ਠੰਡਾ ਤੇ ਬਾਹਰ ਭਾਵੇਂ 에어 ਕੰਡੀਸ਼ਨ ਹੋਵੇ ਬਾਹਰ ਭਾਵੇਂ ਸਨੋ ਦੇ ਬਰਫ਼ ਦੇ ਢੇਰ ਲੱਗੇ ਹੋਣ ਜੇ ਅੰਦਰੋਂ ਕਲਪਿਆ ਪਿਆ ਤੇ ਕਦੀ ਵੀ ਜ਼ਿੰਦਗੀ ਜਿਹੜੀ ਹੈ ਸੁਖੀ ਨਹੀਂ ਹੋ ਸਕਦੀ ਅੰਦਰੁ ਖੇਜ ਦੇ ਇਸੇ ਨੂੰ ਆਖਿਆ ਸੀ ਨਾ ਕਿ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ। ਆਓ ਗੁਰੂ ਦੀ ਇਸ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ 16 ਸਾਹਿਬ ਬਾਣੀ ਦੇ ਪੰਜ ਸ਼ਬਦ ਨੇ ਤਿੰਨ ਸ਼ਬਦ ਪਹਿਲੇ ਗੁਰੂ ਨਾਨਕ ਸਾਹਿਬ ਜੀ ਦੇ ਫਿਰ ਗੁਰੂ ਰਾਮਦਾਸ ਜੀ ਦਾ ਤੇ ਫਿਰ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ। ਤੇ ਇਹ ਜਿਹੜੇ ਪੰਜੇ ਤੇ ਪੰਜੇ ਸ਼ਬਦ ਹੈ ਇਕ ਕੋਸ਼ਿਸ਼ ਕਰਨੀ ਹੈ ਵੀ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਮ ਹੀ ਮਰਿਆਦਾ ਚ ਵੀ ਲਿਖਿਆ ਵੀ ਸੌਣ ਤੋਂ ਪਹਿਲਾਂ ਸਿੱਖਾ ਤੇਰੇ ਨਾਲ ਸੰਬੰਧ ਹੈ ਦਾ ਪਰ ਅਸੀਂ ਸੋਚਿਆ ਕਿ ਇਹ ਹੁਣ ਮਹਾਰਾਜ ਜੀ ਸੌਣ ਲੱਗੇ ਆ ਤੇ ਮਹਾਰਾਜ ਨੂੰ ਸੁਵਾਉਣ ਵੇਲੇ ਅਸੀਂ ਇਹਨਾਂ ਸ਼ਬਦਾਂ ਦਾ ਪਾਠ ਕਰ ਰਹੇ ਹਾਂ ਇਹ ਉਦੋਂ ਸੀ ਜਦੋਂ ਪਿੰਡਾਂ ਵਿੱਚ ਇਕੱਠੇ ਬੈਠ ਕੇ ਦਾ ਪਾਠ ਕਰਨਾ ਤੇ ਉਹਦੀ ਸਰੂਪ ਦੀ ਸੇਵਾ ਕਰ ਲੱਗਿਆ ਗਰਮ ਸਿੰਘ ਨੇ ਪਾਠ ਕਰ ਦੇਣਾ ਹੁਣ ਗੁਰਦੁਆਰੇ ਜਾਂਦਾ ਹੀ ਕੋਈ ਨਹੀਂ ਸ਼ਾਮਾਂ ਨੂੰ ਤੇ ਗਰਮ ਸਿੰਘ ਇਕੱਲਾ ਹੀ ਸੇਵਾ ਕਰਕੇ ਗੁਰਦੁਆਰੇ ਅੰਦਰ ਸੇਵਾ ਕਰ ਰਿਹਾ ਸੀ ਉਹਰੇ ਇਕੱਲਾ ਹੀ ਪ੍ਰਕਾਸ਼ ਕਰਦਾ ਤੇ ਜਦੋਂ ਉਹ ਹੀ ਬੰਦੇ ਧਾਰਮਿਕ ਸਥਾਨਾਂ ਤੇ ਜਾਂਦੇ ਵੱਡੇ ਇਤਿਹਾਸ ਗੁਰਦੁਆਰਿਆਂ ਜਾਂਦੇ ਆ ਕਿੱਦਾਂ ਮੋਢੇ ਦੇਣ ਲਈ ਤਰਲੇ ਲੀਂਦੇ ਉਹ ਇੱਕ ਵਾਰੀ ਕਿਤੇ ਹਾਥੀ ਲੱਗ ਜਾਏ ਯਾਤਰਾ ਹੁੰਦੀ ਨਾ ਗੁਰੂਆਂ ਦੇ ਸਰੂਪ ਦੀ ਕਿੱਦਾਂ ਹੱਥ ਲਾਉਣ ਲਈ ਤਰਲੇ ਲੀਂਦੇ ਆ ਆਓ ਇਹਨਾਂ ਪਰਮਪਰਿਖਿਆਵਾਂ ਚੋਂ ਕਰਮ ਕੰਡਾਂ ਚੋਂ ਬਾਹਰ ਨਿਕਲੋ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰੀਏ ਤੇ ਬਾਣੀ ਤਾਂ ਪਰਮਾਤਮਾ ਚੋਂ ਕੱਢਦੀ ਹੈ ਪਰ ਅਸੀਂ ਕਿੰਨੇ ਅਗਿਆਨੀ ਲੋਕ ਆ ਅਸੀਂ ਬਾਣੀ ਨਾਲ ਹੀ ਪਰਮ ਖੜੇ ਕਰ ਲਏ ਬਾਣੀ ਨਾਲ ਹੀ ਅਸੀਂ ਇਦਾਂ ਦੇ ਪਰਮ ਪਰਲੇਖੇ ਜਿਹੜੇ ਪੈਦਾ ਕਰਕੇ ਬੈਠ ਗਏ ਆ ਆਓ ਇਹਨਾਂ ਪਰਮ ਪਰਲੇਖਿਆਂ ਜੋ ਬਾਹਰ ਨਿਕਲ ਕੇ ਇਸ ਖੁਸ਼ੀ ਦੇ ਗੀਤ ਨਾਲ ਆਪਣੀ ਜ਼ਿੰਦਗੀ ਚ ਖੁਸ਼ੀ ਲੈ ਕੇ ਆਈਏ ਖੇੜਾ ਲੈ ਕੇ ਆਈਏ ਤੇ ਜੇ ਮਨ ਗੁਰ ਮਿਲ ਕਾਜ ਸਵਾਰੇ ਹੈ ਮਨਾ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦੇ ਵਿਗੜੇ ਹੋਏ ਕਾਰਜਾਂ ਨੂੰ ਸੁਧਾਰਨ ਦਾ ਯਤਨ ਕਰੋ ਇਹ ਸੋਲਾ ਸਬਦ ਦੀ ਬਾਣੀ ਬਾਰੇ ਕੁਝ ਸੰਖੇਪ ਜਿਹਾ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ ਆਪਾਂ ਕੱਲ ਤੋਂ ਲਗਾਤਾਰ 16 ਸ਼ਬਦਾਂ ਕਲਾਕਲਾ ਸ਼ਬਦ ਲੈ ਕੇ ਤੁਹਾਡੇ ਨਾਲ ਜਿਹੜੀ ਵਿਚਾਰ ਉਹ ਸਾਂਝੀ ਕਰਦੇ ਜਾਵਾਂਗੇ ਆਪਾਂ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਪਹਿਲਾਂ ਜਪ ਬਾਣੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਆਪਾਂ ਇਹ ਸੋ ਪੁਰਖ ਦੇ ਪੰਜ ਸ਼ਬਦ ਸੋਦਰ ਦੇ ਪੰਜ ਸ਼ਬਦ ਫਿਰ ਸੋ ਪੁਰਖ ਬਾਣੀ ਦੇ ਚਾਰ ਸ਼ਬਦ ਉਹਨਾਂ ਨੌ ਸ਼ਬਦਾਂ ਦੀ ਆਪਾਂ ਵਿਚਾਰ ਕੀਤੀ ਇਦਾਂ ਹੀ ਹੁਣ ਆਪਾਂ ਸੋਲਾ ਸ਼ਬਦ ਦੀ ਜਿਹੜੀ ਹੈ ਉਹ ਬਾਣੀ ਦੇ ਪੰਜਾਂ ਸ਼ਬਦਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਬੜਾ ਹੌਸਲਾ ਦਿੰਦੇ ਹੋ ਬੜੇ ਪਿਆਰ ਨਾਲ ਸੁਣਦੇ ਜੇ ਕੋਸ਼ਿਸ਼ ਕਰੋ ਆਪ ਪੜੋ ਸਮਝੋ ਵਿਚਾਰੋ ਆਪ ਗੁਰਬਾਣੀ ਦੇ ਅਰਥ ਭਾਵ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਬਾਣੀ ਸਾਨੂੰ ਕਿੰਨਾ ਭਰਮਾਂ ਚੋਂ ਕੱਢ ਕੇ ਇੱਕ ਨਵਾਂ ਜੀਵਨ ਜੜੀਓ ਬਖਸ਼ਿਸ਼ ਕਰ ਰਹੀ ਹੈ ਆਓ ਸਾਰਿਆਂ ਦਾ ਧੰਨਵਾਦ ਜੀ ਆਪ ਜੀ ਇਦਾਂ ਹੀ ਲਗਾਤਾਰ ਗੁਰਬਾਣੀ ਦੇ ਵਿਚਾਰ ਸੁਣਦੇ ਜਾਓ ਅੱਗੇ ਆਪਾਂ ਇਹੋ ਗਿਆਨ ਵਿਚਾਰਾਂ ਵੰਡੇ ਜਾਈਏ ਤੇ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਤਰੀਕੇ ਨਾਲ ਜੂਣ ਦਾ ਯਤਨ ਕਰੀਏ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ